ਸ਼ੁਕਰੀਆ ਮਿਹਰਬਾਨੀ ਸੁਖਨੈਰ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ। ਸੋ ਬਹੁਤ ਧੰਨਵਾਦ ਚੱਠਾ ਸਾਹਿਬ ਦਾ ਵੀ, ਤੇ ਕਰੀਏ ਜੀ ਗੱਲ ਅਸੀਂ ਖਬਰਸਾਰ ਦੀ। ਵਾਟ ਸਾਹਿਬ, ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਕਈ ਗੱਲਾਂ ਜਿਹੀਆਂ ਕਰ ਗਈ, ਹਰਿਆਣਾ ਵੱਧ ਕਰ ਗਏ, ਨਿਕਲਿਆ ਤਾਂ ਪੰਜਾਬ ਚੋਂ ਹੀ ਹੈ। ਸੁਖਨੈਰ ਜੀ, ਅੱਜ ਬਹੁਤ ਕੁਝ ਸਾਫ਼ ਹੋ ਗਿਆ ਜੀ। ਮੈਨੂੰ ਲੱਗਦਾ ਕਿ ਐਤਕੀ ਜੋ ਕੁਝ ਸਾਫ਼ ਹੋਇਆ ਉਹ ਕੱਲਾ ਸੁਖਪਾਲ ਖਹਿਰਾ ਦੇ ਧੜੇ ਨੂੰ ਨਹੀਂ, ਦੂਸਰਿਆਂ ਨੂੰ ਵੀ ਸਾਫ਼ ਹੋ ਜਾਣਾ ਚਾਹੀਦਾ ਜੀ। ਜੇ ਨਹੀਂ ਹੋਇਆ ਤਾਂ ਫਿਰ ਅਗਲੀ ਵਾਰੀ ਕਰ ਦੇਣਗੇ ਕੇਜਰੀਵਾਲ ਸਾਹਿਬ। ਦੇਖੋ, ਅੱਜ ਅਰਵਿੰਦ ਕੇਜਰੀਵਾਲ ਉਸ ਸ਼ਹਿਰ ਦੇ ਵਿੱਚ ਆਏ ਸੀ ਜਿਹੜਾ ਪੰਜਾਬ ਦੀ ਵੀ ਰਾਜਧਾਨੀ ਹੈ ਤੇ ਹਰਿਆਣੇ ਦੀ ਵੀ ਰਾਜਧਾਨੀ ਹੈ, ਜਾਣੀ ਕਿ ਚੰਡੀਗੜ੍ਹ ਜੀ। ਕੁਝ ਘੰਟੇ ਉੱਥੇ ਰਹੇ ਤੇ ਆ ਕੇ ਜਿਹੜੀਆਂ ਗੱਲਾਂ ਬਾਤਾਂ ਕੇਜਰੀਵਾਲ ਸਾਹਿਬ ਨੇ ਕੀਤੀਆਂ ਜੀ, ਉਹਦੇ ਵਿੱਚ ਪੰਜਾਬ ਦਾ ਜ਼ਿਕਰ ਘੱਟ ਤੇ ਹਰਿਆਣੇ ਦਾ ਜ਼ਿਆਦਾ ਸੀ। ਫਰਕ ਤਾਂ ਬਸ ਇੰਨਾ ਹੀ ਆ, ਪੰਜਾਬ ਦਾ ਕਿਹੜਾ ਦਹੀਂ ਖੱਟਾ ਹੋ ਗਿਆ। ਫਰਕ ਸਿਰਫ ਇੰਨਾ ਕਾ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਵਿਰੋਧੀ ਧਿਰ ਦੇ ਵਿੱਚ ਬਿਠਾ ਦਿੱਤਾ ਤੇ ਉੱਥੇ ਅਜੇ ਆਫਾਂ ਆ ਜਿਹੜੀਆਂ ਪੂਰੀਆਂ ਹੋਣ ਦੀ ਸੰਭਾਵਨਾ ਕੋਈ ਨੀ ਜੀ। ਅਰਵਿੰਦ ਕੇਜਰੀਵਾਲ ਸਾਹਿਬ ਚੰਡੀਗੜ੍ਹ ਆਏ, ਵੈਸੇ ਤਾਂ ਪਹਿਲੇ ਸਪਸ਼ਟ ਹੋ ਗਿਆ ਸੀ ਕਿ ਉਹਨਾਂ ਦੀ ਫੇਰੀ ਪੰਜਾਬ ਦੇ ਵੱਲ ਕੇਂਦਰਿਤ ਨਹੀਂ, ਕਿਉਂਕਿ ਜੇ ਪੰਜਾਬ ਦੇ ਵੱਲ ਕੇਂਦਰਿਤ ਫੇਰੀ ਹੁੰਦੀ ਤਾਂ ਉਹਨਾਂ ਦੇ ਆਉਣ ਤੋਂ 48 ਘੰਟੇ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਲਈ 5 ਕੈਂਡੀਡੇਟ ਅਨਾਊਂਸ ਨਹੀਂ ਸੀ ਕਰਨੇ ਜੀ। ਫਿਰ ਜਾਂ ਤਾਂ ਉਹ ਕੈਂਡੀਡੇਟ ਉਹਨਾਂ ਦੇ ਆਇਆਂ ਤੇ ਅਨਾਊਂਸ ਹੋਣੇ ਸੀ ਜਾਂ ਉਹਨਾਂ ਦੇ ਆ ਕੇ ਵਾਪਸ ਜਾਣ ਤੋਂ ਬਾਅਦ ਅਨਾਊਂਸ ਹੋਣੇ ਸੀ। ਤੇ ਪਹਿਲਾਂ ਕੈਂਡੀਡੇਟ ਅਨਾਊਂਸ ਹੋਣ ਦਾ ਮਤਲਬ ਇਹ ਸੀ ਕਿ ਪੰਜਾਬ ਵਾਲਿਆਂ ਨੂੰ ਜਿਹੜਾ 15-20 ਮਿੰਟ ਇੱਕ ਘੰਟੇ ਦਾ ਸਮਾਂ ਮਿਲਣਾ ਚੰਡੀਗੜ੍ਹ ਚ, ਉਹ ਰੂੰਗੇ ਚੋਂ ਮਿਲਣਾ ਜੀ। ਅਸਲ ਦੇ ਵਿੱਚ ਉਹਨਾਂ ਦੀ ਫੇਰੀ ਦਾ ਮਤਲਬ ਕੋਈ ਹੋਰ। ਅੱਜ ਆਪਾਂ ਅਰਵਿੰਦ ਕੇਜਰੀਵਾਲ ਸਾਹਿਬ ਦੇ ਬਿਆਨ ਦੇ ਉੱਤੇ ਜ਼ਿਕਰ ਕਰੀਏ ਤਾਂ ਉਹ ਕਹਿੰਦੇ, ਮੈਂ ਚੁਣੌਤੀ ਦਿੰਦਾ ਜੀ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿ ਐਵੇਂ ਵਿਕਾਸ ਦੀ ਝੂਠੀ ਰਟ ਨਾ ਲਾਓ ਕਿ ਅਸੀਂ ਹਰਿਆਣੇ ਦਾ ਵਿਕਾਸ ਬਹੁਤ ਕੀਤਾ, ਡਿਵੈਲਪਮੈਂਟ ਬਹੁਤ ਕੀਤੀ। ਉਹ ਕਹਿੰਦੇ ਜੇ ਡਿਵੈਲਪਮੈਂਟ ਵੇਖਣੀ ਹੈ, ਵਿਕਾਸ ਵੇਖਣਾ ਹੈ, ਕਹਿੰਦੇ ਕਿਹਨੂੰ ਆ, ਤਾਂ ਦਿੱਲੀ ਦੇ ਵਿੱਚ ਆਓ। ਸਾਡੀ ਸਰਕਾਰ ਨੂੰ ਸਹੁੰ ਚੁੱਕਿਆ, ਤੁਹਾਡੇ ਤੋਂ ਅਜੇ ਸਾਲ ਇੱਕ ਘੱਟ ਹੀ ਹੋਇਆ, ਪਰ ਕੰਮ ਕਿਵੇਂ ਕਰੀਦਾ ਤੇ ਲੋਕਾਂ ਦੇ ਵਿੱਚ ਉਸ ਕੰਮ ਦੀ ਬੱਲੇ ਬੱਲੇ ਕਿਵੇਂ ਹੁੰਦੀ ਹੈ, ਇਹ ਕਹਿੰਦੇ ਤੁਹਾਨੂੰ ਦਿੱਲੀ ਆ ਕੇ ਪਤਾ ਲੱਗੂਗਾ, ਆਉਂਦੇ ਤੁਸੀਂ ਹੋਵੋਗੇ, ਪਰ ਮੈਨੂੰ ਲੱਗਦਾ ਕਿ ਅੱਖਾਂ ਮੀਚ ਲੈਂਦੇ ਹੋ, ਉੱਥੇ ਵੇਖਣ ਦੀ ਕੋਸ਼ਿਸ਼ ਨਹੀਂ ਕਰਦੇ ਜੀ। ਤੇ ਉਹਨਾਂ ਕਈ ਤਰ੍ਹਾਂ ਦੇ ਵਾਅਦੇ ਤੇ ਕਈ ਤਰ੍ਹਾਂ ਦੇ ਦਾਅਵੇ ਹਰਿਆਣੇ ਦੇ ਲੋਕਾਂ ਦੇ ਸਾਹਮਣੇ ਕਰ ਦਿੱਤੇ। ਫਿਰ ਆਈ ਪੰਜਾਬ ਦੀ ਵਾਰੀ ਜੀ, ਤੇ ਜਦੋਂ ਪੰਜਾਬ ਦੀ ਵਾਰੀ ਆਈ ਪ੍ਰੈਸ ਕਾਨਫਰੰਸ ਸੀ, ਪੱਤਰਕਾਰਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਪੁੱਛਣੀਆਂ ਸ਼ੁਰੂ ਕੀਤੀਆਂ। ਪਹਿਲਾਂ ਪੁੱਛਿਆ ਜੀ ਉਹ ਸੁਖਪਾਲ ਸਿੰਘ ਖਹਿਰਾ ਦਾ ਤੜਾ, ਉਹ ਕਹਿੰਦੇ ਕੋਈ ਐਸੀ ਬਾਤ ਨਹੀਂ ਹੈ, ਬਰਤਨ ਹੋਤੇ ਆ ਘਰ ਪੇ ਤੋ ਆਪਸ ਮੇ ਥੋੜੇ ਬਹੁਤ ਖੜਕਦੇ ਆ, ਇੱਦਾਂ ਦੀਆਂ ਗੱਲਾਂ ਕਰ ਗਿਆ ਜੀ। ਘਰ ਦੇ ਵਿੱਚ ਭਾਂਡੇ ਹੁੰਦੇ ਆ, ਖੜਕਦੇ ਰਹਿੰਦੇ ਆ, ਪਰ ਇਹ ਗੱਲਾਂ ਬਾਤਾਂ ਜਿਹੜੀਆਂ ਕੇਜਰੀਵਾਲ ਸਾਹਿਬ ਪਿਛਲੇ 1.5 ਮਹੀਨੇ ਤੋਂ ਕਰਦੇ ਆ ਰਹੇ, ਜਦੋਂ ਪੰਜਾਬ ਆਉਂਦੇ ਆ, ਜਦੋਂ ਪੰਜਾਬ ਦੇ ਨੇੜੇ ਆਉਂਦੇ ਆ, ਜਦੋਂ ਕੋਈ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛਦਾ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ 7 MLA ਸਾਥੀਆਂ ਦੇ ਬਾਰੇ, ਉਹ ਟੱਬਰ ਦੇ ਭਾਂਡੇ ਖੜਕਣ ਦੀ ਉਦਾਹਰਣ ਦੇ ਦਿੰਦੇ ਆ। ਪਰ ਭਾਂਡੇ ਇੰਨੀ ਦੇਰ ਲਈ ਥੋੜੀ ਖੜਕਦੇ ਆ, ਭਾਂਡੇ ਇੱਕ ਦਿਨ ਖੜਕ ਜਾਣਗੇ, 2 ਦਿਨ ਖੜਕ ਜਾਣਗੇ, 3 ਦਿਨ ਖੜਕ ਜਾਣਗੇ, 3-3 ਮਹੀਨੇ ਕਿਹੜੇ ਟੱਬਰ ਦੇ ਭਾਂਡੇ ਖੜਕਦੇ ਹੁੰਦੇ ਆ ਜੀ। ਤੇ ਜਦੋਂ ਕਈ ਵਾਰ ਉਹਨਾਂ ਨੂੰ ਪੁੱਛਿਆ ਜੀ ਸੁਖਪਾਲ ਸਿੰਘ ਖਹਿਰਾ ਨੇ ਤਾਂ ਆਪਣੀ PAC ਬਣਾ ਲਈ, ਆ ਵੀ ਕਰ ਲਿਆ, ਉਹ ਤੁਹਾਡੇ ਬਾਰੇ ਆ ਵੀ ਕਹਿੰਦੇ ਆ, ਉਹ ਕਾਰਵਾਈ ਕਦੋਂ ਕਰੋਗੇ? ਉਹ ਕਹਿੰਦੇ ਕਰਾਂਗੇ ਕਾਰਵਾਈ, ਸਮਾਂ ਆਉਣ ਤੇ ਕਰਾਂਗੇ ਤੇ ਤੁਹਾਨੂੰ ਉਸ ਵੇਲੇ ਦੱਸ ਵੀ ਦਿਆਂਗੇ। ਕਹਿਣ ਦਾ ਭਾਵ ਹੈ ਕਿ ਅੱਜ ਲਗਾਤਾਰ 3ਰੀ ਵਾਰੀ ਐਸੀ ਹੋ ਗਈ ਜਦੋਂ ਦੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਤੋਂ ਥੋੜਾ ਜਿਹਾ ਪਰੇ ਹੋ ਕੇ ਚੱਲ ਰਹੇ ਆ। ਕੇਜਰੀਵਾਲ ਸਾਹਿਬ ਪੰਜਾਬ ਜਾਂ ਚੰਡੀਗੜ੍ਹ 3ਰੀ ਵਾਰੀ ਆਏ, ਪਰ ਲਗਾਤਾਰ 3ਰੀ ਵਾਰ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਈ ਨਹੀਂ ਜੀ। ਸੁਖਪਾਲ ਸਿੰਘ ਖਹਿਰਾ ਨੂੰ ਪੁੱਛਿਆ ਗਿਆ, ਉਹ ਵੀ ਚੰਡੀਗੜ੍ਹ ਦੇ ਵਿੱਚ ਸੀ ਅੱਜ, ਕਹਿੰਦੀ ਤੁਹਾਨੂੰ ਸੱਦਿਆ? ਉਹ ਕਹਿੰਦੇ ਮੈਨੂੰ ਤਾਂ ਪਤਾ ਵੀ ਤੁਹਾਡੇ ਤੋਂ ਲੱਗਾ ਕਿ ਅਰਵਿੰਦ ਕੇਜਰੀਵਾਲ ਨੇ ਆਉਣਾ, ਕੁਝ ਮੀਡੀਆ ਅਦਾਰਿਆਂ ਨੇ ਕਹਿੰਦੇ ਕੱਲ ਸ਼ਾਮੀ ਦੱਸਿਆ ਸੀ, ਪਰ ਨਾ ਸਾਨੂੰ ਦਿੱਲੀ ਵਾਲਿਆਂ ਨੇ ਸੁਨੇਹਾ ਦਿੱਤਾ, ਨਾ ਸਾਨੂੰ ਪੰਜਾਬ ਦੇ ਵਿੱਚ ਸਾਡੇ ਦੂਸਰੇ ਭਰਾਵਾਂ ਨੇ ਜਿਹੜੇ ਧੜੇ ਦੇ ਬੰਦੇ ਆ, ਨਾ ਉਹਨਾਂ ਨੇ ਕੁਛ ਸੁਨੇਹਾ ਦਿੱਤਾ ਕਿ ਅਰਵਿੰਦ ਕੇਜਰੀਵਾਲ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਕੌਮੀ ਪੱਧਰ ਤੇ ਉਹ ਆ ਰਹੇ ਆ ਜੀ, ਤੇ ਨਾ ਕਹਿੰਦੇ ਉਹਨਾਂ ਨੇ ਸੱਦਿਆ ਤੇ ਨਾ ਕੁਝ ਹੋਰ। ਹਾਲਾਂਕਿ ਜਦੋਂ ਇੱਕ ਪੱਤਰਕਾਰ ਨੇ ਇਹ ਕਿਹਾ ਕਿ ਜੀ ਤੁਸੀਂ ਜੇ ਉਹ ਕੱਲ ਨੂੰ ਕਹਿਣਗੇ ਦਿੱਲੀ ਜਾਓਗੇ, ਜੇ ਉਹਨਾਂ ਨੇ ਸੱਦ ਲਿਆ ਕਿ ਖਹਿਰਾ ਸਾਹਿਬ ਦਿੱਲੀ ਆ ਜਾਓ, ਕਹਿੰਦੇ ਇੰਨੀਆਂ ਵੀ ਵਾਹਾਂ ਸਾਡੀਆਂ ਨੇ ਆਕੜੀਆਂ ਕਿ ਜਿਸ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਹਾਂ ਉਸੇ ਪੰਜਾਬ ਨੂੰ ਛੱਡ ਕੇ ਅਸੀਂ ਦਿੱਲੀ ਕੋ ਸੁਲਹ ਸਫਾਈ ਕਰਨ ਨੂੰ ਚਲੇ ਜਾਈਏ। ਤੇ ਹੁਣ ਇਹ ਵੀ ਪਤਾ ਲੱਗਿਆ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੀ ਚੰਡੀਗੜ੍ਹ ਦੇ ਵਿੱਚ ਫੇਰੀ ਦੇ ਦੌਰਾਨ ਉਹਨਾਂ ਦੀ 1 ਘੰਟਾ ਲਗਾਤਾਰ ਇੱਕ ਮੁਲਾਕਾਤ ਹੋਈ ਹੈ ਪੰਜਾਬ ਦੀ ਲੀਡਰਸ਼ਿਪ ਦੇ ਨਾਲ, ਭਗਵੰਤ ਮਾਨ, ਡਾਕਟਰ ਬਲਵੀਰ ਸਿੰਘ,
ਇਹਦੇ ਨਾਲ ਨਾਲ ਪ੍ਰਿੰਸੀਪਲ ਬੁੱਧ ਰਾਮ ਤੇ ਹੋਰ ਬਹੁਤ ਸਾਰੇ ਲੀਡਰ ਸੀ ਉੱਥੇ, ਹਰਪਾਲ ਸਿੰਘ ਚੀਮਾ ਸਾਹਿਬ ਦੀ, ਬੀਬੀ ਮਾਣੂਕੇ ਦੀ। ਤੇ ਮੀਟਿੰਗ ਤੋਂ ਬਾਅਦ ਹਾਲਾਂਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਖੁੱਲ੍ਹ ਕੇ ਦੱਸਣ ਨੂੰ ਤਿਆਰ ਨਹੀਂ, ਪਰ ਤਕਰੀਬਨ ਤਕਰੀਬਨ ਪਤਾ ਲੱਗਾ ਕਿ ਤੈਅ ਹੋ ਚੁੱਕਿਆ ਕਿ 2-4-5 ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੂੰ ਸਸਪੈਂਡ ਜਿਹੜਾ ਕੀਤਾ ਜਾ ਸਕਦਾ ਜਾਂ ਕਾਰਨ ਦੱਸੋ ਨੋਟਿਸ ਭੇਜਿਆ ਜਾ ਸਕਦਾ ਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਦੇ ਹੋ। ਇੱਥੋਂ ਤੱਕ ਵੀ ਲੱਗ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਦੁਆਰਾ ਜਿਹੜੀ 7-8 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੈ, ਉਹਦੇ ਤੋਂ ਪਹਿਲਾਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੂੰ ਨੋਟਿਸ ਸਰਵ ਕੀਤੇ ਜਾ ਸਕਦੇ ਆ ਜਾਂ ਫਿਰ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਪਾਰਟੀ ਤੋਂ ਕੀਤਾ ਜਾ ਸਕਦਾ ਜੀ। ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ ਕਿ ਜੋ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਲੀਡਰਸ਼ਿਪ ਦੇ ਨਾਲ ਕੀਤੀ ਹੈ, ਜਿਹਦੇ ਵਿੱਚੋਂ 5 ਦੇ 5 ਕੈਂਡੀਡੇਟ ਵੀ ਹਾਜ਼ਰ ਸੀ ਜਿਹਨਾਂ ਨੂੰ 48 ਘੰਟੇ ਪਹਿਲਾਂ ਆਮ ਆਦਮੀ ਪਾਰਟੀ ਨੇ 2019 ਦੀ ਲੋਕ ਸਭਾ ਚੋਣ ਦੇ ਲਈ 5 ਹਲਕਿਆਂ ਤੋਂ ਟਿਕਟਾਂ ਦਿੱਤੀਆਂ, ਤੇ ਇਸ ਮੀਟਿੰਗ ਦੇ ਵਿੱਚ ਪਤਾ ਲੱਗਾ ਕਿ ਦੁਰਗੇਸ਼ ਪਾਠਕ ਵੀ ਸ਼ਾਮਿਲ ਸੀ। ਹੁਣ ਦੁਰਗੇਸ਼ ਪਾਠਕ ਜੋ ਸ਼ਾਮਿਲ ਹੈ, ਸੰਜੇ ਸਿੰਘ ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਵੱਲੋਂ ਜਾਂ ਹਾਈਕਮਾਂਡ ਵੱਲੋਂ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਗੱਲਾਂ ਬਾਤਾਂ ਕਰਕੇ ਗਿਆ ਕਿ ਭਾਈ ਤੁਸੀਂ ਸਾਡੇ ਕੋਲ ਆ ਜਾਓ, ਪਾਰਟੀ ਦੇ ਵਿੱਚ ਵਾਪਸ ਆ ਜਾਓ। ਜੇ ਸੰਜੇ ਸਿੰਘ ਅਜੇ ਤੱਕ ਵੀ ਦਿੱਲੀ ਵਾਲਿਆਂ ਦਾ ਚਹੇਤਾ, ਜੇ ਦੁਰਗੇਸ਼ ਪਾਠਕ ਸੱਚੀ ਮੁੱਚੀ ਅੱਜ ਪੰਜਾਬ ਵਾਲਿਆਂ ਦੀ ਮੀਟਿੰਗ ਦੇ ਵਿੱਚ ਨਾਲ ਆ ਕੇ ਬੈਠਾ ਜੀ, ਤਾਂ ਫਿਰ ਭਾਈ ਕਰਨ ਕੀ ਪੰਜਾਬ ਦੇ ਲੋਕ? ਕਿਉਂਕਿ ਇਹ ਦੋ ਹੀ ਲੀਡਰ ਨੇ ਜਿਹਨਾਂ ਦੇ ਉੱਤੇ ਦੋਸ਼ ਲੱਗਾ ਸੀ ਕਿ ਭਾਈ ਪਾਰਟੀ ਦੀਆਂ ਟਿਕਟਾਂ ਵਿਕੀਆਂ, ਇਹਨਾਂ ਦੇ ਉੱਤੇ ਦੋਸ਼ ਲੱਗਾ ਸੀ ਕਿ ਭਾਈ ਉਹਨਾਂ ਨੇ ਪੰਜਾਬ ਦੇ ਮੁੱਦੇ ਪੰਜਾਬ ਦੇ ਵਿੱਚ ਸੈਟਲ ਨਹੀਂ ਹੋਣ ਦਿੱਤੇ, ਇੱਥੇ ਚਰਚਾ ਨਹੀਂ ਹੋਣ ਦਿੱਤੀ, ਸਾਰੀ ਦੀ ਸਾਰੀ ਗੱਡੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਇਰਦ ਤੇ ਆਪਣੇ ਗਿਰਦ ਘੁਮਾਉਂਦੇ ਰਹੇ। ਤੇ ਜੇ ਉਹ ਬੰਦੇ ਇੰਨੀ ਆਲੋਚਨਾ ਦੇ ਬਾਵਜੂਦ ਵੀ ਅੱਜ ਵੀ ਆਮ ਆਦਮੀ ਪਾਰਟੀ ਦੇ ਅੰਦਰ ਬਿਲਕੁਲ ਆਪਣੀ ਮਜ਼ਬੂਤੀ ਵਾਲੀ ਜਿਹੜੀ ਹੈ ਉਹ ਸ਼ਖਸੀਅਤ ਬਣਾ ਕੇ ਬੈਠੇ, ਫਿਰ ਤਾਂ ਠੀਕ ਹੈ। ਹਾਲਾਂਕਿ ਇੱਥੇ ਗੱਲ ਹੋਰ ਚੇਤੇ ਰੱਖਣ ਵਾਲੀ ਹੈ, ਜਦੋਂ ਪਾਣੀਆਂ ਦੇ ਮੁੱਦੇ ਦਾ ਸਵਾਲ ਕੀਤਾ ਗਿਆ ਜੀ, ਚੰਡੀਗੜ੍ਹ ਦੇ ਵਿੱਚ ਤੁਸੀਂ ਬੈਠੇ ਹੋ, ਹਰਿਆਣੇ 'ਚ ਇਲੈਕਸ਼ਨ ਹੈ, ਪੰਜਾਬ ਦੇ ਤੁਸੀਂ ਆਪਣੇ ਆਪ ਨੂੰ ਹਤੈਸ਼ੀ ਕਹਿੰਦੇ ਹੋ, ਤੇ ਜੇ ਭਲਕ ਨੂੰ ਪਾਣੀਆਂ ਦੇ ਮੁੱਦੇ ਦੀ ਗੱਲ ਹੋਵੇ ਤਾਂ ਕੀ ਕਹਿੰਦੇ ਹੋ, ਕਿੱਧਰਲੇ ਪਾਸੇ? ਉਹ ਕਹਿੰਦੇ ਦੇਖੋ, ਮੇਰਾ ਇਹ ਮੰਨਣਾ ਹੈ ਕਿ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਹੈ ਕਿ ਇਹ ਮੁੱਦਾ ਪੰਜਾਬ ਤੇ ਹਰਿਆਣੇ ਦੀਆਂ ਸਰਕਾਰਾਂ ਬੜੇ ਆਰਾਮ ਦੇ ਨਾਲ ਆਪਸ ਵਿੱਚ ਮਿਲ ਬੈਠ ਕੇ ਹੱਲ ਕਰ ਸਕਦੀਆਂ ਸੀ, ਪਰ ਸਿਆਸੀ ਲੀਡਰਾਂ ਨੇ ਆਪਣੀਆਂ ਰੋਟੀਆਂ ਸੇਕਣ ਦੇ ਲਈ ਇਸ ਮਸਲੇ ਨੂੰ ਹੱਲ ਨਹੀਂ ਹੋਣ ਦਿੱਤਾ। ਤੇ ਨਾਲ ਦੀ ਨਾਲ ਉਹ ਕਹਿੰਦੇ ਹੁਣ ਤਾਂ ਮੈਨੂੰ ਲੱਗਦਾ ਕਿ ਜੇ ਹੱਲ ਨਹੀਂ ਹੋਣ ਦਿੱਤਾ ਤਾਂ ਜੋ ਕੁਝ ਸੁਪਰੀਮ ਕੋਰਟ ਕਹੇ, ਜੋ ਕੁਝ ਸੁਪਰੀਮ ਕੋਰਟ ਦਾ ਨਿਰਣਾ ਹੋਵੇ ਉਸੇ ਮੁਤਾਬਕ ਚੱਲਣ ਚ ਭਲਾਈ ਹੈ। ਜਦੋਂ ਸੁਪਰੀਮ ਕੋਰਟ ਕਹਿੰਦੇ ਮਾਮਲੇ ਚਲੇ ਗਿਆ, ਫਿਰ ਕਿੰਤੂ ਪਰੰਤੂ ਕਾਹਦਾ? ਪਰ ਸੁਖਰੈਬ ਜੀ, ਸੁਪਰੀਮ ਕੋਰਟ ਤਾਂ ਕਹਿੰਦੀ ਹੈ ਕਿ ਭਾਈ ਨਹਿਰ ਬਣਾਓ ਜੀ, ਸੁਪਰੀਮ ਕੋਰਟ ਤਾਂ ਪੰਜਾਬ ਦੀ ਸਰਕਾਰ ਨੂੰ ਕਹਿੰਦੀ ਹੈ ਕਿ ਨਹਿਰ ਬਣਾ ਕੇ ਪਾਣੀ ਦਿਓ, ਪਾਣੀ ਤੁਹਾਡੇ ਕੋਲ ਥੋੜਾ ਹੈ ਜਾਂ ਪਾਣੀ ਤੁਹਾਡੇ ਕੋਲ ਬਹੁਤ ਹੈ, ਉਹਦਾ ਫੈਸਲਾ ਆਪਾਂ ਫੇਰ ਕਰਨਾ ਹੈ, ਤਾਂ ਪਹਿਲਾਂ ਤੁਸੀਂ ਨਹਿਰ ਬਣਾ ਕੇ ਪਾਣੀ ਛੱਡ ਦਿਓ, ਜੋ ਆਲਰੇਡੀ ਸਮਝੌਤਾ ਹੋ ਚੁੱਕਿਆ ਉਹਦੇ ਮੁਤਾਬਿਕ। ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਲਈ ਸਮੱਸਿਆ ਖੜੀ ਕਰਨ ਵਾਲੀਆਂ ਹੋਣਗੀਆਂ। ਬਾਕੀ ਸੁਖਪਾਲ ਸਿੰਘ ਖਹਿਰਾ ਨੇ ਵੀ ਕਹਿਤਾ ਕਿ ਜੇ 7 ਤਰੀਕ ਤੱਕ ਸਾਡੇ ਨਾਲ ਸਮਝੌਤੇ ਦੀ, ਰਲੇਵੇਂ ਦੀ, ਇੱਕਮੁੱਠ ਹੋਣ ਦੀ ਕੋਈ ਵੀ ਗੱਲਬਾਤ ਆਮ ਆਦਮੀ ਪਾਰਟੀ ਨੇ ਨਾ ਤੋਰੀ ਤਾਂ ਫਿਰ ਸਾਡੇ ਲਈ ਵੀ ਬਦਲ ਖੁੱਲ੍ਹੇ ਨੇ, ਅਸੀਂ ਤੀਸਰਾ ਚੌਥਾ ਫਰੰਟ ਬਣਾ ਕੇ ਅੱਗੇ ਵਧਣ ਦਾ ਯਤਨ ਜ਼ਰੂਰ ਕਰਾਂਗੇ ਜੀ। ਬਿਨਾਂ ਸ਼ੱਕ ਅੱਜ ਤਾਂ ਵਾਟ ਸਾਹਿਬ ਇਹੀ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਆ ਕੇ ਹਰਿਆਣੇ ਦੇ ਵਾਸਤੇ ਉਹ ਆਪਦਾ ਥਾਂ ਜਾਂ ਪੱਕਾ ਕਰਦੇ ਨਜ਼ਰ ਆਏ, ਪਰ ਜੇ ਪੰਜਾਬ ਤੋਂ ਬੇਮੁੱਖ ਜੇ ਹੋਣਗੇ ਫਿਰ ਉਹਨਾਂ ਨੂੰ ਵੀ ਪਤਾ ਕਿ ਪੰਜਾਬੀ ਵੀ ਬੇਮੁੱਖ ਹੋਣ ਲੱਗੇ, ਮਿੰਟ ਇੱਕ ਹੀ ਲਾਉਂਦੇ ਆ। ਸੁਖਨਾਥ ਜੀ, ਮੈਨੂੰ ਇਹ ਲੱਗਦਾ ਕਿ ਠੀਕ ਹੈ ਬੇਮੁੱਖ ਉਹਨਾਂ ਨੇ ਹੋਣਾ, ਇਲੈਕਸ਼ਨ ਉੱਥੇ ਆ, ਉਹ ਚੀਜ਼ਾਂ ਪਹਿਲੀਆਂ, ਪਰ ਚੇਤਾ ਕਿਉਂ ਭੁਲਾ ਦਿੰਦੇ ਆ ਕਿ ਜਿਹੜੀ 2019 ਉਹਨਾਂ ਨੇ ਲੜਨੀ ਹੈ ਨਾ ਜੀ, ਉਦਾਂ ਵੀ ਇਲੈਕਸ਼ਨ 4 ਸਾਲ ਪਹਿਲਾਂ 2014 ਚ ਵੀ ਹੋਈ ਸੀ, ਦਿੱਲੀ ਵਾਲਿਆਂ ਨੇ ਵੀ ਆਮ ਆਦਮੀ ਪਾਰਟੀ ਨੂੰ ਹੂੰਝ ਕੇ ਰੱਖ ਦਿੱਤੀ ਸੀ, ਸਾਰੇ ਭਾਰਤ ਦੇ ਵਿੱਚ 400 ਤੋਂ ਵੱਧ ਸੀਟਾਂ ਲੜੀਆਂ ਸੀ, ਕਿਤੋਂ ਆਮ ਆਦਮੀ ਪਾਰਟੀ ਜਿੱਤੀ ਥੋੜੀ ਜੀ, 90% ਸੀਟਾਂ ਤੋਂ ਜ਼ਮਾਨਤ ਜ਼ਬਤ ਹੋਈ ਸੀ, ਉਦੋਂ ਇੱਜ਼ਤ ਰੱਖੀ ਕਹਿੰਦੇ ਸੀ ਪੰਜਾਬੀਆਂ ਨੇ ਰੱਖੀ, 4 ਸੀਟਾਂ ਜਿਤਾਈਆਂ, ਤੇ ਜੇ ਅੱਜ ਇਸ ਤਰੀਕੇ ਪੰਜਾਬ ਤੋਂ ਬੇਮੁੱਖ ਹੋਣਗੇ ਤਾਂ ਬੜੀ ਅਜੀਬ ਗੱਲ ਹੈ। ਮੈਨੂੰ ਲੱਗਦਾ ਸੀ ਕਿ ਇੱਕ ਵਾਰੀ ਮੀਟਿੰਗ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਕਰ ਲੈਂਦੇ ਤੇ ਮੀਟਿੰਗ ਕਰਕੇ ਬਾਅਦ ਵਿੱਚ ਕੁਝ ਨਾ ਸਿੱਟਾ ਨਿਕਲਦਾ ਵੱਖਰੀ ਗੱਲ ਸੀ, ਪਰ ਘੱਟੋ ਘੱਟ ਇਸ ਤਰੀਕੇ ਪੰਜਾਬ ਦੇ ਵੱਲੋਂ ਮੁੱਖ ਮੋੜਨਾ ਤੇ ਚੰਡੀਗੜ੍ਹ ਆ ਕੇ ਵੀ ਕੇਵਲ 1 ਘੰਟੇ ਦੀ ਮੀਟਿੰਗ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਲੀਡਰਾਂ ਨੂੰ ਦੇਣਾ, ਉਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਸਥਿਤੀ ਵਾਲੀ ਸਿਆਸਤ ਹੈ ਜੀ। ਤੇ ਨਾਲ ਅਸੀਂ ਅਗਲੀ ਗੱਲ ਕਰੀਏ ਜੀ, ਜਥੇਦਾਰ ਦਾ ਵਿਰੋਧ ਹੋ ਗਿਆ ਪਹਿਲੇ ਦਿਨ ਹੀ, ਮਹੂਰਤ ਹੀ ਮਾੜਾ ਹੋਇਆ ਜੀ ਇਹਦਾ ਤਾਂ ਵਿਚਾਰੇ ਦਾ।
ਸੁਖਨੈਬ ਜੀ ਜਥੇਦਾਰ ਸਾਹਿਬ ਪੜ੍ਹੇ ਲਿਖੇ ਨੇ, ਜਥੇਦਾਰ ਸਾਹਿਬ ਤੋਂ ਆਸਾਂ ਹੋ ਸਕਦੀਆਂ, ਪਰ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਥਾਂ ਆ ਤੇ ਜਿਸ ਤਰੀਕੇ ਦੇ ਨਾਲ ਉਸ ਥਾਂ ਦੇ ਬਾਰੇ ਗੱਲਾਂ ਬਾਤਾਂ ਚੱਲਦੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਸਨਮਾਨ ਸਾਰੇ ਕਰਦੇ ਆ, ਪਰ ਜਿਹੜਾ ਜਥੇਦਾਰ ਉੱਥੇ ਲਾਇਆ ਜਾਂਦਾ, ਬਹਾਇਆ ਜਾਂਦਾ, ਜ਼ਿੰਮੇਵਾਰੀ ਸੇਵਾ ਜਿਹਨਾਂ ਨੂੰ ਦਿੱਤੀ ਜਾਂਦੀ ਹੈ ਉਹਨਾਂ ਦੇ ਬਾਰੇ ਸਨਮਾਨ ਹੈਗਾ ਭਾਈਚਾਰੇ ਦੇ ਲੋਕਾਂ ਦੇ ਵਿੱਚ ਕਿ ਨਹੀਂ ਹੈਗਾ, ਇਹ ਇੱਕ ਵੱਖਰਾ ਸਵਾਲ ਹੋ ਗਿਆ। ਹੁਣ ਪਹਿਲਾਂ ਵੱਖਰਾ ਨਹੀਂ ਸੀ ਹੁੰਦਾ, ਪਰ ਹੁਣ ਹੋ ਗਿਆ। ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਆਰਜ਼ੀ ਤੌਰ ਤੇ ਜਥੇਦਾਰ ਲਾਏ ਤੇ ਪਹਿਲਾ ਹੀ ਸਮਾਗਮ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਗਰਮ ਖਿਆਲੀ ਜਿਹੜੇ ਲੀਡਰ ਨੇ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਸੰਬੰਧੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਦੋ ਲੀਡਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲੋਂ ਸਿਰੋਪਾਓ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਭਾਈ ਉਹ ਕੌਮ ਦੇ ਥਾਪੇ ਹੋਏ ਜਥੇਦਾਰ ਨਹੀਂ ਹੈਗੇ, ਉਹਨਾਂ ਨੂੰ ਇੱਕ ਧਿਰ ਨੇ ਥਾਪਿਆ, ਇਸ ਕਰਕੇ ਅਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੀ ਨਹੀਂ। ਤੇ ਦੇਖੋ ਪਹਿਲਾ ਹੀ ਮਸਲਾ ਸੀ, ਪਹਿਲੇ ਮਸਲੇ ਦੇ ਉੱਤੇ ਜਦੋਂ ਵਿਰੋਧ ਹੋਣ ਲੱਗ ਪਿਆ ਤਾਂ ਫਿਰ ਕਿੰਨੀ ਕੁ ਦੇਰ ਇਹੀ ਕੰਮ ਕਰ ਚੱਲੂਗਾ, ਇਹ ਬਹੁਤ ਵੱਡਾ ਸਵਾਲ ਹੈ। ਹੁਣ ਅਕਾਲ ਤਖ਼ਤ ਸਾਹਿਬ ਦੇ ਨੇੜੇ ਗੁਰਦੁਆਰਾ ਝੰਡਾ ਬੁੰਗਾ ਸਾਹਿਬ, ਸ਼੍ਰੋਮਣੀ ਕਮੇਟੀ ਨੇ ਸੰਗਤ ਦੇ ਸਹਿਯੋਗ ਦੇ ਨਾਲ ਸ਼ਹੀਦੀ ਦਿਹਾੜੇ ਸੰਬੰਧੀ ਅਖੰਡ ਪਾਠ ਦਾ ਭੋਗ ਪਾਇਆ। ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੀਪ ਸਿੰਘ ਹੋਰਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਅਰਦਾਸ ਭਾਈ ਕੁਲਵਿੰਦਰ ਸਿੰਘ ਨੇ ਕੀਤੀ ਤੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਹੋਰਾਂ ਨੇ ਸੰਬੋਧਨ ਕੀਤਾ ਤੇ ਉਹਨਾਂ ਸਾਰੀਆਂ ਸਥਿਤੀਆਂ ਦਾ ਜ਼ਿਕਰ ਕੀਤਾ ਜਦੋਂ ਇਹ ਘਟਨਾਕ੍ਰਮ ਜਿਹੜਾ ਉਹ ਵਾਪਰਿਆ ਸੀ। ਤੇ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਪੁੱਜੇ ਜੀ। ਗਿਆਨੀ ਜੀ ਆਏ ਤੇ ਆ ਕੇ ਉਹਨਾਂ ਨੇ ਫਿਰ ਜਦੋਂ ਇਸ ਸਾਰੇ ਦੇ ਸਾਰੇ ਸਮਾਗਮ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਸੀ, ਕਾਰਵਾਈ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਬੇਅੰਤ ਸਿੰਘ ਹੋਰਾਂ ਦੇ ਪਰਿਵਾਰਕ ਮੈਂਬਰ ਨੂੰ ਸਰੂਪਾ ਲੈਣ ਦੇ ਲਈ ਆਖਿਆ ਗਿਆ, ਪਰਿਵਾਰ ਦੇ ਵਿੱਚੋਂ ਕੋਈ ਹਾਜ਼ਰ ਹੀ ਨਹੀਂ ਸੀ। ਤਾਂ ਦਲ ਖਾਲਸੇ ਦੇ ਆਗੂ ਨੇ ਕੰਵਰਪਾਲ ਸਿੰਘ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਜਰਨੈਲ ਸਿੰਘ ਸਖੀਰਾ, ਫਿਰ ਉਹਨਾਂ ਨੂੰ ਬੇਨਤੀ ਕੀਤੀ ਗਈ ਮਾਈਕ ਤੋਂ ਕਿ ਤੁਸੀਂ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਦੇ ਆਧਾਰ ਦੇ ਉੱਤੇ ਸਰੂਪਾ ਜਿਹੜਾ ਉਹ ਪ੍ਰਾਪਤ ਕਰੋ। ਪਰ ਇੱਥੇ ਹੀ ਪੰਗਾ ਪੈ ਗਿਆ, ਦੋਵਾਂ ਲੀਡਰਾਂ ਨੇ ਕਹਿਤਾ ਕਹਿੰਦੇ ਬਿਲਕੁਲ ਗਲਤ ਹੈ, ਅਸੀਂ ਗਿਆਨੀ ਹਰਪ੍ਰੀਤ ਸਿੰਘ ਤੋਂ ਸਰੂਪਾ ਬਿਲਕੁਲ ਨਹੀਂ ਲੈਣਾ ਕਿਉਂਕਿ ਅਸੀਂ ਇੱਕ ਧਿਰ ਦੇ ਜਥੇਦਾਰ ਨੂੰ ਮਾਨਤਾ ਦਿੰਦੇ ਨਹੀਂ। ਇੱਥੇ ਹੀ ਸਮਾਂ ਨਹੀਂ ਤੈਅ ਹੋਇਆ, ਦੋਸੇ ਵੇਲੇ ਦੋਵੇਂ ਲੀਡਰ ਜਿਹੜੇ ਉਸ ਸਮਾਗਮ ਦੇ ਵਿੱਚੋਂ ਬਾਹਰ ਆ ਗਏ। ਤੇ ਬਾਅਦ ਵਿੱਚ ਜਦੋਂ ਕੰਵਰਪਾਲ ਸਿੰਘ ਹੋਰਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਜੀ ਦੇਖੋ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਬਣਾਇਆ, ਇੱਕ ਧਿਰ ਨੇ ਬਣਾਇਆ, ਇੱਕ ਕੌਮ ਦੇ ਜਥੇਦਾਰ ਨਹੀਂ। ਉਹ ਕਹਿੰਦੇ ਪਹਿਲਾ ਜਥੇਦਾਰ ਵੀ ਇੱਦੀ ਲਾਇਆ ਸੀ, ਉਹਦੇ ਉੱਤੇ ਦਬਾਅ ਪਾ ਕੇ ਕਿੱਦਾਂ ਕਿੱਦਾਂ ਦੇ ਹੁਕਮਨਾਮੇ ਜਾਰੀ ਕਰਾਏ ਗਏ, ਕਿਤੇ ਸੰਗਤ ਭੁੱਲ ਗਈ? ਬਿਲਕੁਲ ਨਹੀਂ ਭੁੱਲੀ, ਤੇ ਨਾ ਸੰਗਤ ਨੇ ਕਹਿੰਦੇ ਇਸ ਤਰ੍ਹਾਂ ਦੇ ਮਸਲੇ ਨੂੰ ਕਦੇ ਭੁੱਲਣਾ। ਤੇ ਹੁਣ ਕਹਿੰਦੇ ਜਦੋਂ ਪਹਿਲੇ ਜਥੇਦਾਰ ਦੇ ਕੰਮਾਂ ਦੇ ਕਰਕੇ ਸਿੱਖ ਕੌਮ ਨੂੰ ਸ਼ਰਮਸਾਰ ਹੋਣਾ ਪਿਆ ਸੀ ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਕਦੇ ਦੁਬਾਰਾ ਉਦਾਂ ਦੀ ਗਤੀਵਿਧੀ ਆਵੇ, ਉਹ ਕਹਿੰਦੇ ਅਸੀਂ ਜਥੇਦਾਰ ਦੇ ਖਿਲਾਫ ਥੋੜੀ ਹੈ ਜੀ, ਅਸੀਂ ਤਾਂ ਉਸ ਸਿਸਟਮ ਦੇ ਖਿਲਾਫ ਹਾਂ ਜਿਸ ਸਿਸਟਮ ਦੇ ਵਿੱਚ ਆਪਣੇ ਮੁਫਾਦਾਂ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤੇ ਸਾਨੂੰ ਡਰ ਹੈ, ਸਾਨੂੰ ਸ਼ੰਕਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਸੇ ਸਿਸਟਮ ਦੇ ਵਿੱਚੋਂ ਨਿਕਲ ਕੇ ਆਏ ਹੈ, ਕਿਤੇ ਕਿਸੇ ਦੇ ਹੱਥ ਠੋਕੇ ਨਾ ਬਣ ਜਾਣ। ਉਧਰ ਦੂਸਰੇ ਪਾਸੇ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਉਹਨਾਂ ਨੇ ਵੀ ਕਹਿਤਾ, ਉਹ ਕਹਿੰਦੇ ਅਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਨਹੀਂ ਕੀਤਾ, ਜੇ ਕਿਤੇ ਉਹਨਾਂ ਨੂੰ ਸੰਬੋਧਨ ਕਰਨ ਦਾ ਮੌਕਾ ਦੇ ਦਿੱਤਾ ਜਾਂਦਾ ਤਾਂ ਫਿਰ ਉਹਨਾਂ ਨੇ ਉਸੇ ਵੇਲੇ ਜਕਾਰੇ ਲਾਉਂਦਿਆਂ ਨੇ ਪੰਡਾਲ ਜਿਹੜਾ ਛੱਡ ਦੇਣਾ ਸੀ, ਅਸੀਂ ਤਾਂ ਸਮਾਗਮ ਫਿਰ ਅੱਗੇ ਤੱਕ ਤੁਰਨ ਹੀ ਨਹੀਂ ਸੀ ਦੇਣਾ। ਪਰ ਉਹ ਵੱਖਰੀ ਗੱਲ ਹੈ ਕਿ ਭਾਈ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਨੂੰ ਸ਼ਹੀਦ ਪਰਿਵਾਰ ਦੇ ਪ੍ਰਤੀਨਿਧ ਵਜੋਂ ਸਰੂਪਾ ਉਹ ਦਿੱਤਾ ਗਿਆ। ਹੋਰ ਵੀ ਬਹੁਤ ਸਾਰੇ ਲੀਡਰ ਇੱਥੇ ਮੌਜੂਦ ਸੀ, ਪਰ ਇੱਥੋਂ ਹੀ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਪਹਿਲੇ ਦਿਨ ਪਹਿਲੇ ਹੀ ਸਮਾਗਮ ਦੇ ਵਿੱਚ ਜਿਸ ਤਰੀਕੇ ਉਹਨਾਂ ਦੇ ਹੱਥੋਂ ਸਿਰੋਪਾਓ ਲੈਣ ਤੋਂ ਨਾ ਕਰਕੇ ਉਹ ਦੋਵੇਂ ਲੀਡਰ ਜਿਹੜੇ ਨੇ ਸਮਾਗਮ ਦੇ ਵਿੱਚੋਂ ਬਾਹਰ ਚਲੇ ਜਾਂਦੇ ਆ, ਤੇ ਇਹਦਾ ਮਤਲਬ ਹੈ ਕਿ ਕੋਈ ਬਹੁਤ ਵੱਡੀ ਮਨ ਦੇ ਵਿੱਚ ਗੱਲ ਹੀ ਹੈ ਤੇ ਜਿਹੜਾ ਇਸੇ ਤੱਕ ਕੰਮ ਹੋ ਗਿਆ। ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਫੂਕ ਫੂਕ ਕੇ ਪੈਰ ਜਿਹੜੇ ਹੈ ਉਹ ਰੱਖਣੇ ਪੈਣਗੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਨਹੀਂ ਤਾਂ ਕੋਈ ਵੀ ਮਸਲਾ ਕਿਸੇ ਵੀ ਵੇਲੇ ਖੜਾ ਹੋ ਸਕਦਾ ਹੈ ਜੀ। ਬਾਟ ਸਾਹਿਬ, ਰੇਡੀਓ ਚੰਨ ਪ੍ਰਦੇਸ਼ੀ ਦਾ ਅੱਜ ਫੰਡ ਰੇਜ਼ਿੰਗ ਡੇ ਚੱਲ ਰਿਹਾ ਔਰ ਬਹੁਤ ਸਾਰੇ ਸੱਜਣ ਸਾਨੂੰ ਸਾਥ ਸਹਿਯੋਗ ਦੇ ਵੀ ਰਹੇ ਆ, ਭੇਜ ਵੀ ਰਹੇ ਆ, ਕੁਛ ਕੁ ਦਾ ਮਨ ਬਣਿਆ ਹੋਊ ਤੇ ਕੁਛ ਨੇ ਬਣਾਉਣਾ ਤੇ ਧੰਨਵਾਦੀਆਂ ਅਸੀਂ ਉਹਨਾਂ ਸਾਰੇ ਸੱਜਣਾਂ ਦੇ ਜਿਹੜੇ ਸਾਨੂੰ ਸਾਥ ਸਹਿਯੋਗ ਦੇ ਰਹੇ ਆ। ਇਕ ਵਾਰ ਫਿਰ ਦੱਸ ਦਈਏ ਕਿ ਤੁਸੀਂ ਕਿਸੇ ਵੀ ਜ਼ਰੀਏ ਇਹ ਪੇਮੈਂਟ ਆ ਜਿਹੜੀ ਉਹ ਰੇਡੀਓ ਨੂੰ ਕਰ ਸਕਦੇ ਹੋ। ਸਾਡੀ ਰੇਡੀਓ ਦੀ ਸਾਈਟ ਹੈ ਜਿਹੜੀ ਰੇਡੀਓ ਚੰਨ ਪ੍ਰਦੇਸ਼ੀ ਦੀ, ਉੱਥੇ ਡੋਨੇਟ ਦਾ ਆਪਸ਼ਨ ਹੈ, ਉੱਥੇ ਪੇਪਾਲ ਦੇ ਜ਼ਰੀਏ ਤੁਸੀਂ ਪੈਸੇ ਭੇਜ ਸਕਦੇ ਹੋ। ਵੈਸਟਰਨ ਯੂਨੀਅਨ, ਮਨੀਗ੍ਰਾਮ, ਰੀਆ ਜਾਂ ਹੋਰ ਕਿਸੇ ਤਰੀਕੇ ਨਾਲ ਟ੍ਰਾਂਸਫਰ ਕਰਨੇ ਤੇ ਇੰਡੀਆ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ।
ਉਸ ਤੋਂ ਅਗਲੀ ਗੱਲ ਕਿ ਜੇ ਤੁਸੀਂ ਇੰਡੀਆ ਚ ਬੈਠੇ ਹੋ ਫਿਰ ਪੇਟੀਐਮ ਵਗੈਰਾ ਵੀ ਕਰ ਸਕਦੇ ਹੋ ਤੇ ਜੇ ਵਿਦੇਸ਼ ਚ ਜਾਂ ਕਿਤੇ ਵੀ ਹੋ ਫਿਰ ਤੁਸੀਂ ਆਪਦੇ ਕ੍ਰੈਡਿਟ ਕਾਰਡ ਤੋਂ ਪੇ ਕਰ ਸਕਦੇ ਹੋ ਰੇਡੀਓ ਚੰਨ ਪ੍ਰਦੇਸੀ ਦੇ ਸਹਿਯੋਗ ਦੇਣ ਦੇ ਵਾਸਤੇ ਕਿਉਂਕਿ ਸਾਲ ਦੇ ਵਿਚ ਇਕ ਦਿਨ ਅਸੀਂ ਇਸ ਤਰੀਕੇ ਦਾ ਉਲੀਕਦੇ ਹਾਂ। ਪਿਛਲੇ ਵਾਰੇ ਆਪਾਂ ਫੰਡ ਰੇਜਿੰਗ ਕੀਤੀ ਸੀ, ਬੜਾ ਵਧੀਆ ਸਹਿਯੋਗ ਮਿਲਿਆ ਸੀ ਤੇ ਸਹਿਯੋਗ ਇਸ ਵਾਰ ਵੀ ਘੱਟ ਨਹੀਂ ਕਿਉਂਕਿ ਪਹਿਲੇ 2 ਘੰਟੇ ਹਜੇ ਸਾਨੂੰ ਗੱਲਬਾਤ ਕਰਦੇ ਨੂੰ ਹੋਏ ਨੇ ਔਰ ਤਕਰੀਬਨ ਬੜਾ ਵਧੀਆ ਸਹਿਯੋਗ ਸਾਨੂੰ ਹੁਣ ਤੱਕ ਮਿਲ ਚੁੱਕਿਆ, ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਵਧੀਆ ਨੂੰ ਹੋਰ ਵਧੀਆ ਕੀਤਾ ਜਾ ਸਕਦਾ ਕਿਉਂਕਿ ਇਹੀ ਇੱਕ ਪਲੇਟਫਾਰਮ ਹੈ ਜਿੱਥੇ ਅਸੀਂ ਰਲ ਕੇ ਆਪਦੀ ਸਾਂਝ ਪਾਉਣੀ ਆ ਤੇ ਫਿਰ ਇਹ ਪੈਸਾ ਤੁਹਾਡਾ ਜਿਹੜਾ ਉਹ ਸਿਰਫ ਤੇ ਸਿਰਫ ਮੀਡੀਆ ਦੇ ਵਾਸਤੇ ਵਰਤਿਆ ਜਾਂਦਾ ਕਿਉਂਕਿ ਇੱਥੋਂ ਮੈਂ ਇਹ ਵੀ ਦੱਸਿਆ ਕਿ ਨਾ ਬਾਈ ਦਰਸ਼ਨ ਬਸਰਾ ਹੋ ਨਾ ਸਰਵਣ ਟਵਾਣਾ ਜੀ ਹੈ, ਉਹ ਆਪਣਾ ਘਰ ਨਹੀਂ ਚਲਾਉਂਦੇ, ਸੋਨੂੰ ਵੀ ਪਤਾ ਕਿ ਮੀਡੀਆ ਤੋਂ ਘਰ ਨਹੀਂ ਚੱਲਦਾ। ਇਸ ਕਰਕੇ ਇੱਕ ਵਾਰ ਫੇਰ ਦੱਸਦੇ ਹਾਂ ਕਿ ਸਹਿਯੋਗ ਤੁਹਾਡੇ ਤੋਂ ਸਾਨੂੰ ਬਹੁਤ ਚਾਹੀਦਾ ਔਰ ਇਸ ਦੀ ਆਸ ਤੇ ਉਮੀਦ ਵੀ ਬਹੁਤ। ਜੀ ਸੁਖਨੈਬ ਜੀ, ਮੈਂ ਦੋ ਚੀਜ਼ਾਂ ਜਿਹੜੀਆਂ ਜ਼ਰੂਰ ਸਪਸ਼ਟ ਕਰਦੇ ਹਾਂ ਕਿ ਇੱਕ ਪਹਿਲੀ ਗੱਲ ਇਹ ਹੈ ਕਿ ਰਕਮ ਦੀ ਕੋਈ ਗੱਲ ਨਹੀਂ ਹੈ ਕਿ ਕੋਈ ਵੱਧ ਦਿੰਦਾ ਜਾਂ ਘੱਟ ਦਿੰਦਾ, ਕਿਉਂਕਿ ਆਪੋ ਆਪਣੀ ਵਿੱਤ ਹੈ ਤੇ ਆਪੋ ਆਪਣੇ ਸਾਧਨ ਨੇ ਜੀ। ਜਿੰਨਾ ਕੁ ਹੋ ਸਕਦਾ ਉਨਾ ਕੁ ਯੋਗਦਾਨ ਪਾਉਣ ਦੀ ਖੇਚਲ ਜੇ ਹੋ ਜਾਏ ਤਾਂ ਵਧੀਆ। ਬਾਕੀ ਕਈ ਵਾਰੀ ਇਹ ਵੀ ਹੁੰਦਾ ਕਿ ਜੇ ਮਸਲਾ ਬਹੁਤਾ ਵੀ ਟਾਈਟ ਹੋਵੇ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਰੇਡੀਓ ਚੰਨ ਪ੍ਰਦੇਸੀ ਦੀ ਮੈਨੇਜਮੈਂਟ ਵੱਲੋਂ ਉਹਨਾਂ ਦੇ ਧੰਨਵਾਦੀ ਨਹੀਂ ਹੈਗੇ। ਤੁਸੀਂ ਸਰੋਤੇ ਹੋ, ਨਾਲ ਜੁੜੇ ਹੋ, ਪਰਿਵਾਰ ਦੇ ਅੰਗ ਬਣੇ ਹੋ, ਰੇਡੀਓ ਚੰਨ ਪ੍ਰਦੇਸੀ ਦੇ ਪਰਿਵਾਰ ਦੇ, ਤੁਹਾਡਾ ਵੈਸੇ ਵੀ ਧੰਨਵਾਦ। ਪਰ ਜੇ ਸੰਭਵ ਹੈ, ਜੇ ਠੀਕ ਥੋੜਾ ਜਿਹਾ ਗੁਜ਼ਾਰਾ ਚੱਲਦਾ ਤਾਂ ਜ਼ਰੂਰ ਆਪੋ ਆਪਣੇ ਪੱਧਰ ਦੇ ਉੱਤੇ ਯੋਗਦਾਨ ਪਾ ਦੇਣਾ ਚਾਹੀਦਾ। ਇੱਕ ਦੋ ਮੇਰੇ ਕੋਲ ਮੈਸੇਜ ਆਏ ਸੀ ਜਿਹਨਾਂ ਨੂੰ ਸ਼ਾਇਦ ਇਸ ਗੱਲ ਦੀ ਥੋੜੀ ਸਮੱਸਿਆ ਹੈ ਕਿ ਆਪਾਂ ਜਿਹੜਾ ਉਹ ਕਿਹੜੇ ਢੰਗ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਾਂ, ਤੇ ਸੁਨੈਬ ਜੀ ਉਹ ਕੋਈ ਟੈਲੀਫੋਨ ਨੰਬਰ ਜਾਂ ਉਹ ਸੰਪਰਕ ਪਤਾ ਜ਼ਰੂਰ ਦੱਸ ਦਿਓ ਜਿੱਥੇ ਉਸ ਦੀ ਕਾਲ ਕਰਕੇ ਕੁਝ ਜੇ ਸਮੱਸਿਆ ਕਿਸੇ ਨੂੰ ਆ ਰਹੀ ਹੈ ਟੈਕਨੀਕਲ, ਤਾਂ ਉਹ ਪਤਾ ਜਿਹੜਾ ਕੀਤਾ ਜਾ ਸਕੇ, ਉਹਨਾਂ ਨੂੰ ਦੱਸਿਆ ਜਾ ਸਕੇ ਕਿ ਭਾਈ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੰਮ ਜਿਹੜਾ ਉਹ ਨਿਬੇੜ ਸਕਦੇ ਜੀ। ਜੇ ਮੇਰੇ ਨਾਲ ਹੀ ਸੰਪਰਕ ਕਰ ਲੈਣ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਕਿਤੇ ਵੀ ਤੁਸੀਂ ਬੈਠੇ ਹੋ ਮੈਨੂੰ ਤਾਲਮੇਲ ਕਰ ਲਓ। ਸ਼ੋਅ ਤੋਂ ਬਾਅਦ ਦੇ ਵਿਚ ਮਹਿਰਾ ਸਾਹਿਬ ਹੈਗੇ ਨੇ, ਬਾਈ ਦਰਸ਼ਨ ਬਸਰਾਓ ਹੈ, ਸਰਵਣ ਟਵਾਣਾ ਜੀ ਹੈ, ਜਿਹਦੇ ਨਾਲ ਮਰਜ਼ੀ ਕੰਟੈਕਟ ਕਰ ਲਓ, ਸਾਡੇ ਜਿਹੜੇ ਮਰਜ਼ੀ ਹੋਸਟ ਨਾਲ ਗੱਲ ਕਰ ਲਓ। ਜੇ ਤੁਸੀਂ ਪੇਟੀਐਮ ਕਰਨਾ ਮੇਰੇ ਨੰਬਰ ਦੇ ਉੱਤੇ ਵੀ ਚੱਲਦਾ, ਇੰਡੀਆ ਦੇ ਵਿਚ ਸਰੋਤੇ ਬੈਠੇ ਨੇ ਤਾਂ ਮੇਰੇ ਨੰਬਰ ਤੇ ਕਰ ਸਕਦੇ ਹੋ ਜਾਂ ਹੋਰ ਜਿਹੜੇ ਵੀ ਕਿਸੇ ਹੋਸਟ ਦਾ, ਲਗਭਗ ਉਹਨਾਂ ਦੇ ਕੋਲ ਹਰੇਕ ਕੋਲ ਪੇਟੀਐਮ ਹੋਊਗਾ ਕਿਉਂਕਿ ਬੇਸ਼ੱਕ ਇਹ ਪੈਸੇ ਸਾਡੇ ਖਾਤੇ ਚ ਜਾਂਦੇ ਆ ਪਰ ਅੱਗੇ ਇੱਕ ਪੂਲ ਚ ਹੀ ਜਾਂਦੇ ਆ। ਜੇ ਇੱਥੇ ਮੇਰੇ ਕੋਲ ਆ ਗਏ ਤਾਂ ਉਹਦਾ ਹਿਸਾਬ ਕਿਤਾਬ ਹੈ ਜਿਹੜਾ ਸਾਰਾ ਉੱਥੇ ਪਾਉਣਾ। ਜੇ ਵਟਸਐਪ ਕੋਲ ਪਹੁੰਚ ਗਏ ਉਹ ਵੀ ਉੱਥੇ ਹੀ ਪਹੁੰਚਣਾ, ਤੁਸੀਂ ਬਿਨਾਂ ਝਿਜਕ ਇਹ ਤਾਲਮੇਲ ਕਰ ਸਕਦੇ ਹੋ। ਕਈ ਵਾਰ ਇਹ ਵੀ ਸੋਚਦੇ ਹੁੰਦੇ ਕਿ ਕ੍ਰੈਡਿਟ ਕਾਰਡ ਜਾਂ ਕੋਈ ਹੋਰ ਡਿਟੇਲ ਆ ਯਾਰ ਸਾਂਝੀ ਕਰੀਏ ਕਿ ਨਾ ਕਰੀਏ। ਵੈਸੇ ਤਾਂ ਇਹ ਚਲੋ ਹਰੇਕ ਦਾ ਆਪਣਾ ਸਿਕਿਉਰਿਟੀ ਦਾ ਮਾਮਲਾ ਹੁੰਦਾ, ਪਰ ਇੰਨੀ ਗੱਲ ਇਹ ਹੈ ਕਿ ਤੁਸੀਂ ਇੱਥੇ ਨਿਰਪੱਖ ਹੋ ਔਰ ਅੱਖਾਂ ਮੀਚ ਕੇ ਵਿਸ਼ਵਾਸ ਕਰ ਵੀ ਸਕਦੇ ਹੋ, ਪਰ ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਵਿਸ਼ਵਾਸ ਅੱਖਾਂ ਮੀਚ ਕੇ ਕੀਤਾ ਜਾਵੇ। ਸੋ ਇੰਨੀ ਗੱਲ ਜ਼ਰੂਰ ਆ ਕਿ ਤੁਹਾਡੀ ਹਰ ਚੀਜ਼ ਹੈ ਜਿਹੜੀ ਉਹ ਸਿਕਿਓਰ ਰਹੂਗੀ ਜੀ। ਵਟਸਐਪ ਹੁਣ ਆਪਾਂ ਚੱਲੀਏ ਜੀ ਖਬਰਾਂ ਦੇ ਵੱਲ ਔਰ SIT ਦੀ ਜਿਹੜੀ ਜਾਂਚ ਹੈ ਉਹ ਅੱਗੇ ਵਧੀਆ ਜੀ। ਸੁਖਨੈਬ ਜੀ, ਕੱਲ ਦਾ ਦਿਨ, ਆਉਣ ਵਾਲੇ ਕੱਲ ਦਾ ਦਿਨ ਬੜਾ ਇੰਪੋਰਟੈਂਟ ਹੋਣਾ, ਇਸ ਕਰਕੇ ਕਿਉਂਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਤਾਂ ਸਭ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਕਿ ਬਾਦਲ ਸਾਹਿਬ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਜਿਹਦੀ ਅੱਜ ਤੱਕ ਨਹੀਂ ਪਤਾ ਲੱਗੀ ਕਿ ਰਿਪੋਰਟ ਦੇ ਵਿੱਚ ਕੀ ਲਿਖਿਆ ਸੀ। ਉਹਨਾਂ ਰਿਪੋਰਟ ਲੋਕਾਂ ਨੂੰ ਵਿਖਾਈ ਨਹੀਂ ਤੇ ਕਪਤਾਨ ਸਾਹਿਬ ਨੇ ਆਉਂਦਿਆਂ ਰੱਦ ਕਰ ਦਿੱਤੀ ਸੀ। ਦੂਸਰਾ ਕਮਿਸ਼ਨ ਕਪਤਾਨ ਸਾਹਿਬ ਨੇ ਬਿਠਾਇਆ, ਉਹਨਾਂ ਨੇ ਰਿਪੋਰਟ ਵੀ ਦੇ ਦਿੱਤੀ, ਰਿਪੋਰਟ ਵਿਧਾਨ ਸਭਾ ਚ ਰੱਖ ਵੀ ਦਿੱਤੀ ਗਈ ਤੇ ਪੂਰਾ ਇੱਕ ਦਿਨ ਬਹਿਸ ਹੋਈ ਜਿਹਨੂੰ ਕਿ ਲਾਈਵ ਵਿਖਾਇਆ ਗਿਆ। ਉਦੋਂ ਐਲਾਨ ਕੀਤਾ ਸੀ ਕਪਤਾਨ ਸਾਹਿਬ ਨੇ, ਹਾਲਾਂਕਿ ਉਹ ਐਲਾਨ ਉਹਨਾਂ ਦੀ ਆਪਣੀ ਪਾਰਟੀ ਦੇ ਕਈ ਮੰਤਰੀ ਵੀ ਉਮੀਦ ਨਹੀਂ ਸੀ ਕਰਦੇ ਕਿ ਹੋਏਗਾ, ਲੋਕਾਂ ਨੂੰ ਲੱਗਦਾ ਸੀ ਪਰਚਾ ਹੋਣਾ ਸ਼ਾਮ ਤੱਕ, ਕਿੱਥੇ ਦੋਸ਼ੀਆਂ ਤੇ। ਪਰ ਉਹਨਾਂ ਨੇ SIT ਬਣਾਤੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਤੇ ਰੌਲਾ ਪੈ ਗਿਆ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਕਿੰਨੇ ਚਿਰ ਦੇ ਵਿੱਚ ਜਾਂਚ ਪੜਤਾਲ ਕਰੇਗੀ। ਉਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਜੇ ਜਾਂਚ ਪੜਤਾਲ ਕਰਦੀ ਹੈ ਤਾਂ ਕਿਉਂ ਨਾ ਉਹਨੂੰ 60 ਜਾਂ 90 ਦਿਨ ਦਾ ਜਿਹੜਾ ਉਹ ਸਮਾਂ ਦੇ ਦਿੱਤਾ ਜਾਵੇ। ਤੇ ਜੇ 60 ਜਾਂ 90 ਦਿਨ ਦਾ ਸਮਾਂ ਦੇ ਦਿੱਤਾ ਜਾਊਗਾ ਤੇ ਉਹ ਫਿਰ ਸਮਾਬੱਧ ਜਾਂਚ ਹੋ ਜੂ, ਸਮਾਬੱਧ ਜਿਹੜੇ ਉਹ ਇਲਜ਼ਾਮ ਸਾਬਿਤ ਹੋਣ ਤੋਂ ਬਾਅਦ ਸਜ਼ਾਵਾਂ ਮਿਲ ਜਾਣਗੀਆਂ। ਪਰ ਕਪਤਾਨ ਸਾਹਿਬ ਨੇ ਇਸ SIT ਦੀ ਜਾਂਚ ਨੂੰ ਸਮਾਬੱਧ ਕਰਨ ਤੋਂ ਨਾ ਕਰ ਦਿੱਤੀ ਸੀ। ਇੱਥੋਂ ਤੱਕ ਕਿ ਫੂਲਕਾ ਸਾਹਿਬ ਨੇ ਤਾਂ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ, ਏਡਾ ਵੱਡਾ ਰੌਲਾ। ਪਰ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਤੇਜ਼ ਕਰ ਦਿੱਤੀ ਸੀ ਜਾਂਚ ਪੜਤਾਲ। ਉਹ ਸਾਰੇ ਕੰਮ ਜਿਹੜੇ ਪਹਿਲਾਂ ਕਮਿਸ਼ਨ ਦੇ ਵਿੱਚ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਕੀਤੇ ਕਿ ਜਿੱਥੇ ਜਿੱਥੇ ਘਟਨਾਵਾਂ ਵਾਪਰੀਆਂ ਉੱਥੋਂ ਉੱਥੋਂ ਜਾ ਕੇ ਗਵਾਹਾਂ ਦੇ
ਜਿਹੜੇ ਨੇ ਬਿਆਨ ਦਰਜ ਕੀਤੇ, ਕੁਝ ਸਬੂਤ ਇਕੱਠੇ ਕਰਨ ਦਾ ਯਤਨ ਕੀਤਾ, ਇਹ ਸਾਰਾ ਕੁਝ ਕਮਿਸ਼ਨ ਨੇ ਵੀ ਕੀਤਾ ਸੀ, ਹੁਣ ਐਸ ਆਈ ਟੀ ਕਰ ਰਹੀ ਹੈ। ਉਹਦੇ ਤੋਂ ਬਾਅਦ ਜਿਹੜੇ ਕੁਝ ਇੱਕ ਅਧਿਕਾਰੀ ਮੌਕੇ ਦੇ ਉੱਤੇ ਜਦੋਂ ਗੋਲੀਬਾਰੀ ਹੋਈ ਸੀ ਜਿਹਦੇ ਵਿੱਚ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਤਰਾਵਾਂ ਉਹਨਾਂ ਦੀ ਮੌਤ ਹੋ ਗਈ ਸੀ, ਉਦੋਂ ਜਿਹੜੇ ਅਧਿਕਾਰੀ ਮੌਕੇ ਤੇ ਮੌਜੂਦ ਸੀ, ਜਿਹੜੇ ਅਧਿਕਾਰੀਆਂ ਦੇ ਉੱਤੇ ਉਂਗਲਾਂ ਉੱਠੀਆਂ, ਉਹਨਾਂ ਦੇ ਵਿੱਚੋਂ ਕੁਝ ਇੱਕ ਜਿਹੜੇ ਹੈ ਅਦਾਲਤਾਂ ਚ ਪਹੁੰਚੇ ਆ ਤੇ ਕੁਝ ਇੱਕ ਨੇ ਹੁਣ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦਿੱਤੇ ਆ। ਇੱਕ ਆਈ ਜੀ ਏ ਐਸ ਚਾਹਲ ਜਿਹੜੇ ਅਮਰ ਸਿੰਘ ਚਾਹਲ, ਉਹ ਵੀ ਪੇਸ਼ ਹੋਏ ਸੀ, ਚਾਰ ਪੰਜ ਘੰਟੇ ਪੁੱਛਗਿੱਛ ਉਹਨਾਂ ਤੋਂ ਹੋਈ। ਉਹਨਾਂ ਤੋਂ ਬਾਅਦ ਹੁਣ ਪਰਮਰਾਜ ਸਿੰਘ ਉਮਰਾਨੰਗਲ ਜਿਹੜੇ ਨੇ ਉਹ ਵੀ ਜਿਹੜੇ ਹੈ ਉਹ ਐਸ ਆਈ ਟੀ ਦੇ ਸਾਹਮਣੇ ਜਿਹੜੇ ਉਹ ਪੇਸ਼ ਹੋਏ ਆ ਤੇ ਉਹਨਾਂ ਤੋਂ ਵੀ ਹੁਣ ਦੋ ਢਾਈ ਘੰਟੇ ਜਿਹੜੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਤੋਂ ਵੀ ਸਵਾਲ ਕੀਤੇ ਗਏ। ਤੇ ਉਮਰਾਨੰਗਲ ਸਾਹਿਬ ਕੋਟਕਪੁਰੇ ਤੇ ਬਹਿਬਲ ਕਲਾਂ ਕਾਂਡ ਵੇਲੇ ਸੀਗੇ ਲੁਧਿਆਣੇ ਦੇ ਵਿੱਚ, ਪਰ ਉਹਨਾਂ ਨੂੰ ਵਿਸ਼ੇਸ਼ ਡਿਊਟੀ ਦਿੱਤੀ ਗਈ ਸੀ ਕਿ ਭਾਈ ਉੱਥੇ ਬਹੁਤ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਤੇ ਤੁਸੀਂ ਵੀ ਆਪਣੀਆਂ ਜਾ ਕੇ ਸੇਵਾਵਾਂ ਜਿਹੜੀਆਂ ਉਧਰਲੇ ਪਾਸੇ ਦਿਓ। ਤੇ ਹੁਣ ਜਦੋਂ ਇਹ ਦੋਵੇਂ ਅਧਿਕਾਰੀ ਪੁੱਛਗਿੱਛ ਦੇ ਲਈ ਸਾਹਮਣੇ ਆ ਚੁੱਕੇ ਆ ਤਾਂ ਫਿਰ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਇਸ ਵੇਲੇ ਲੱਗੀ ਜਾਂਦੀ ਹੈ ਕਿ ਠੀਕ ਹੈ ਭਾਈ ਪੁੱਛਗਿੱਛ ਜਿਹੜੀ ਆ ਸਾਡੇ ਤੋਂ ਹੋ ਗਈ ਤੇ ਕੁਝ ਇੱਕ ਹੋਰ ਅਧਿਕਾਰੀ ਜਿਹੜੇ ਹੁਣ ਤੱਕ ਸਾਹਮਣੇ ਜਿਹੜੇ ਆ ਉਹ ਨਹੀਂ ਸੀ ਆ ਰਹੇ, ਪਰ ਹੁਣ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਤਕਰੀਬਨ ਮਨ ਮਰਾ ਲਿਆ ਕਿ ਭਾਈ ਆਪਾਂ ਅਦਾਲਤਾਂ ਜਾ ਕੇ ਵੀ ਤਾਂ ਧੱਕੇ ਖਾਣੇ ਹੀ ਆ, ਆਪਾਂ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋ ਕੇ ਕਰੀ ਦੱਸ ਦਿੰਦੇ ਹਾਂ ਕਿ ਭਾਈ ਇੱਥੋਂ ਹੁਕਮ ਆਏ ਸੀ ਆਹ ਕੁਝ ਉਸ ਵੇਲੇ ਹੋਇਆ, ਇੱਦਾਂ ਦੀਆਂ ਪ੍ਰਸਥਿਤੀਆਂ ਸੀ, ਲੱਗਦਾ ਸੀ ਕਿ ਬਹੁਤ ਵੱਡਾ ਨੁਕਸਾਨ ਹੋਜੂ ਤੇ ਸਾਨੂੰ ਆਹ ਕੰਮ ਜਿਹੜਾ ਇਸ ਕਰਕੇ ਕਰਨਾ ਪਿਆ ਤੇ ਇਹਦੇ ਕਹਿਣ ਦੇ ਉੱਤੇ ਕਰਨਾ ਪਿਆ। ਪਰ ਦੂਸਰੇ ਪਾਸੇ ਇੱਕ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਉਹ ਦਾਇਰ ਹੋਈ ਸੀ, ਉਹ ਜਿਹੜੀ ਪਟੀਸ਼ਨ ਦਾਇਰ ਹੋਈ ਹੈ ਉਸ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੰਜਾਬ ਦੀ ਸਰਕਾਰ ਨੇ ਜੋ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ ਉਹਦੇ ਤੋਂ ਬਾਅਦ CBI ਤੋਂ ਜਿਹੜੇ ਕੇਸ ਵਾਪਸ ਲਏ ਨੇ ਉਹ ਕੇਸ ਵਾਪਸ ਲੈਣਾ ਤਕਰੀਬਨ ਸਿਆਸੀ ਆਧਾਰ ਤੇ ਸੀ, ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਸੀ, ਇਸ ਕਰਕੇ ਉਹ ਪ੍ਰਕਿਰਿਆ ਵਾਪਸ ਕਰਾਓ ਜੀ। ਤੇ ਹੁਣ ਜਦੋਂ ਇਸ ਗੱਲ ਦੇ ਉੱਤੇ ਚਰਚਾ ਜਿਹੜੀ ਹੈ ਉਹ ਛੇੜੀ ਗਈ ਤਾਂ ਚਰਚਾ ਛੇੜੇ ਜਾਣ ਤੋਂ ਬਾਅਦ ਹੋਇਆ ਕੀ ਕਿ ਹਾਈਕੋਰਟ ਨੇ ਪਹਿਲਾਂ ਤਾਂ ਪੰਜਾਬ ਦੀ ਸਰਕਾਰ ਨੂੰ ਕਿਹਾ ਕਿ 2 ਜੂਨ ਨੂੰ ਤੁਸੀਂ ਸਾਨੂੰ ਆ ਕੇ ਦੱਸੋ ਕਿ 2 ਜੂਨ ਨੂੰ ਆਹ ਦੱਸੋ ਕਿ ਤੁਸੀਂ CBI ਤੋਂ ਕੇਸ ਵਾਪਸ ਕਿਉਂ ਲਏ ਤੇ ਦੂਸਰਾ ਇਹ ਵੀ ਦੱਸੋ ਕਿ ਤੁਸੀਂ ਇਸ ਮਸਲੇ ਦੇ ਪ੍ਰਤੀ ਬਹੁਤਾ ਜ਼ਿਆਦਾ ਸੁਹਿਰਦ ਕਿਉਂ ਨਹੀਂ, ਤੁਸੀਂ ਇਸ ਮੁੱਦੇ ਦੇ ਉੱਤੇ ਚੰਗੇ ਤਰੀਕੇ ਕੰਮ ਜਿਹੜਾ ਉਹ ਕਿਉਂ ਨਹੀਂ ਕਰਦੇ। ਤੇ ਤੀਸਰੀ ਗੱਲ ਇਹ ਵੀ ਕਹਿ ਦਿੱਤੀ ਗਈ ਕਿ ਜਦੋਂ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਪੜਤਾਲ ਮੁਕੰਮਲ ਹੋਵੇ ਤਾਂ ਇਹਦੇ ਤੋਂ ਪਹਿਲਾਂ ਕਿ ਤੁਸੀਂ ਕੋਈ ਐਕਸ਼ਨ ਲਓ ਉਸ ਜਾਂਚ ਪੜਤਾਲ ਦੀ ਰਿਪੋਰਟ ਪਹਿਲਾਂ ਹਾਈਕੋਰਟ ਦੇ ਇਸ ਬੈਂਚ ਦੇ ਸਾਹਮਣੇ ਪੇਸ਼ ਕੀਤੀ ਜਾਵੇ। ਹੁਣ ਪੰਜਾਬ ਸਰਕਾਰ ਕਹਿੰਦੀ ਠੀਕ ਹੈ ਜੀ ਅਸੀਂ ਪੇਸ਼ ਕਰ ਦਾਂਗੇ, ਪਰ ਲੱਗਦਾ ਕਿ ਜੋ ਕੁਝ ਵੀ ਅਦਾਲਤੀ ਪ੍ਰਕਿਰਿਆ ਦੇ ਵਿੱਚ ਸੁਖਨੈਬ ਜੀ ਘੱਟ ਵਾਪਰ ਰਿਹਾ ਨਾ ਉਹਦੇ ਕਰਕੇ ਆਉਣ ਵਾਲੇ ਦਿਨਾਂ ਚ ਇਹ ਮਸਲਾ ਥੋੜਾ ਜਿਹਾ ਹੋਰ ਲਟਕ ਸਕਦਾ। ਤੇ ਹੁਣ ਤਾਂ ਸੁਖਪਾਲ ਸਿੰਘ ਖਹਿਰਾ ਨੇ ਕਹਿਣਾ ਸ਼ੁਰੂ ਕਰਤਾ, ਉਹ ਕਹਿੰਦੇ ਜੀ ਦੇਖਿਆ ਪੰਜਾਬ ਦੀ ਸਰਕਾਰ ਜਦੋਂ ਪੁਲਿਸ ਵਾਲੇ ਹਾਈਕੋਰਟ ਚ ਗਏ ਸੀ ਉਦੋਂ ਵੀ ਜਾ ਕੇ ਚੱਜ ਨਾਲ ਬਹਿਸ ਨਹੀਂ ਕੀਤੀ, ਹੁਣ ਵੀ ਜਦੋਂ ਹਾਈਕੋਰਟ ਇਧਰਲੇ ਪਾਸੇ ਨੂੰ ਗਈ ਆ ਪੰਜਾਬ ਦੀ ਸਰਕਾਰ ਨੇ ਚੰਗੇ ਤਰੀਕੇ ਪੱਖ ਹੀ ਨਹੀਂ ਰੱਖਿਆ ਤੇ ਇਹਦਾ ਮਤਲਬ ਇਹ ਨਿਕਲਦਾ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਕਹਿਣ ਦੇ ਮੁਤਾਬਕ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਦੀ ਥਾਂ ਕਿਸੇ ਨਾ ਕਿਸੇ ਆਧਾਰ ਦੇ ਉੱਤੇ ਉਲਝਾਉਣ ਦੇ ਯਤਨਾਂ ਚ ਹੈ ਜੀ। ਵਟਸਐਪ ਇੱਕ ਬ੍ਰੇਕ ਲੈ ਲਈਏ ਛੋਟੀ ਜੀ, ਫਿਰ ਆਪਾਂ ਅਗਲੀ ਗੱਲਬਾਤ ਜਾਰੀ ਰੱਖਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਸੱਜਣਾਂ ਦਾ ਸਵਾਗਤ ਤੇ ਗੱਲਬਾਤ ਕਰ ਰਹੇ ਹਾਂ ਜੀ ਪਰਮਵੀਰ ਸਿੰਘ ਬਾਠ ਸਾਹਿਬ ਦੇ ਨਾਲ। ਤੇ ਬਾਠ ਸਾਹਿਬ ਇੱਕ ਆਹ ਜਿਹੜਾ ਪੰਜਾਬ ਦਿਵਸ ਹੈ ਜੀ ਇਹਦੀਆਂ ਸਰਗਰਮੀਆਂ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਚੱਲੀਆਂ? ਸੁਖਨਾ ਜੀ ਅੱਜ ਕਈ ਪੱਖਾਂ ਤੋਂ ਸਰਗਰਮੀਆਂ ਸੀ, ਇੱਕ ਸਰਗਰਮੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਦੀ ਸੀ ਜੀ, ਇੱਕ ਸਰਗਰਮੀ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦੀ ਸੀ, ਇੱਕ ਸਰਗਰਮੀ 1984 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਸੀ ਉਹਦੇ ਲਈ ਇਨਸਾਫ ਦੇ ਪੱਖ ਤੋਂ ਸੀ, ਇੱਕ ਸਰਗਰਮੀ ਇਹਨਾਂ ਸਾਰਿਆਂ ਦੇ ਲਈ ਸਾਂਝੀ ਸੀ। ਉਹ ਸਾਰੀਆਂ ਸਰਗਰਮੀਆਂ ਜਿਹੜੀਆਂ ਨੇ ਕੁੱਲ ਮਿਲਾ ਕੇ ਚੰਡੀਗੜ੍ਹ ਦੇ ਵਿੱਚ ਕੇਂਦਰਿਤ ਸੀ, ਇੱਥੇ ਹੀ ਬਹੁਤੀਆਂ ਸਰਗਰਮੀਆਂ ਨੇ ਆਪਣੇ ਆਪ ਨੂੰ ਕੇਂਦਰਿਤ ਜਿਹੜਾ ਉਹ ਕੀਤਾ। ਸਭ ਤੋਂ ਪਹਿਲਾਂ ਤਾਂ ਆਪਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਦਾ ਧੜਾ ਹੈ ਉਸ ਧੜੇ ਨੇ
ਇੱਕ 1984 ਦੇ ਸਿੱਖ ਕਤਲੇਆਮ ਦੇ ਕਥਿਤ ਤੌਰ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ, ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ 17 ਸੈਕਟਰ ਦੇ ਵਿੱਚ ਸੰਕੇਤਕ ਧਰਨਾ ਜਿਹੜਾ ਉਹ ਦਿੱਤਾ ਜੀ। ਇੱਕ ਕਨਵੈਨਸ਼ਨ ਫੈਡਰਲਵਾਦ ਤੇ ਖੁਦਮੁਖਤਿਆਰੀ ਦੇ ਮੁੱਦੇ ਤੇ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨੇ ਕੀਤੀ। ਇਹਦੇ ਤੋਂ ਇਲਾਵਾ ਲੱਖਾਂ ਸਿਧਾਣਾ ਦੀ ਜਿਹੜੀ ਸੰਸਥਾ ਜੀ, ਉਹ ਪੰਜਾਬੀ ਮਾਂ ਬੋਲੀ ਸਤਿਕਾਰ ਸੰਸਥਾ, ਉਸ ਸੰਸਥਾ ਨੇ ਇੱਕ ਕੂਚ ਕਰਨਾ ਸੀ ਰਾਜਪਾਲ ਦੇ ਦਫ਼ਤਰ ਵੱਲ ਨੂੰ, ਰਾਜਪਾਲ ਦੇ ਘਰ ਵੱਲ ਨੂੰ, ਰਾਜਭਵਨ ਦੇ ਵੱਲ ਨੂੰ ਜੀ, ਇਸ ਮੁੱਦੇ ਦੇ ਉੱਤੇ ਕਿ ਭਾਈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ, ਪੰਜਾਬ ਦੇ ਲਈ ਬਣਾਇਆ ਗਿਆ ਤੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਕਿਉਂ ਨਹੀਂ ਜਾ ਰਿਹਾ। ਤੇ ਚੌਥੇ ਪਾਸੇ ਇੱਕ ਪੰਜਾਬ ਮੰਚ ਦੇ ਵਰਗਾ ਇੱਕ ਪੰਜਾਬੀ ਮੰਚ ਵੀ ਹੈ, ਪਰ ਇਹ ਮੰਚ ਚੰਡੀਗੜ੍ਹ ਦੇ ਅਧੀਨ ਆਉਂਦੇ 23 ਪਿੰਡ ਉਹਨਾਂ ਦਾ, ਪਿੰਡਾਂ ਦੀਆਂ ਪੰਚਾਇਤਾਂ ਦਾ, ਚੰਡੀਗੜ੍ਹ ਦੇ ਵਿੱਚ ਜਿਹੜੇ ਗੁਰੂ ਘਰ ਨੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ, ਬੁੱਧੀਜੀਵੀਆਂ ਦਾ, ਲੇਖਕਾਂ ਦਾ, ਸਿਆਣੇ ਲੋਕਾਂ ਦਾ ਮੰਚ ਹੈ, ਜਿਹੜੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹੈ ਕਿ ਭਾਈ ਜੇ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ, ਪੰਜਾਬੀ ਬੋਲਦੇ ਇਲਾਕੇ ਚ ਬਣਾਇਆ, ਤਾਂ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੱਜ ਤੱਕ ਪੰਜਾਬੀ ਬਣਾਈ ਕਿਉਂ ਨਹੀਂ? ਚੰਡੀਗੜ੍ਹ ਦੇ ਵਿੱਚ ਜਿਹੜੀ ਚਿੱਠੀ ਪੱਤਰੀ ਸਰਕਾਰੀ ਪੱਧਰ ਦੇ ਉੱਤੇ ਹੁੰਦੀ ਹੈ, ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੁਰਕਾਰਿਆ ਕਿਉਂ ਜਾ ਰਿਹਾ? ਇਸ ਮੁੱਦੇ ਦੇ ਉੱਤੇ ਉਹਨਾਂ ਸਾਰੇ ਲੋਕਾਂ ਨੇ ਅੱਜ ਫਿਰ ਇੱਕ ਵਾਰੀ ਮਾਰਚ ਕਰਨਾ ਸੀ, ਹਾਲਾਂਕਿ ਪਹਿਲਾਂ ਗ੍ਰਿਫਤਾਰੀਆਂ ਵੀ ਦੇ ਚੁੱਕੇ ਆ, ਧਰਨਾ ਪ੍ਰਦਰਸ਼ਨ ਸਭ ਕੁਝ ਕਰ ਚੁੱਕੇ ਆ। ਤੇ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਜਿਸ ਤਰੀਕੇ ਦੇ ਨਾਲ ਇਹ ਸਾਰੀ ਪ੍ਰਕਿਰਿਆ ਖਾਸ ਤੌਰ ਤੇ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਅੱਗੇ ਵੱਧ ਰਹੀ ਹੈ, ਉਹਨੂੰ ਦੇਖਦਿਆਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਤੇ ਦਬਾਅ ਪੈ ਜੂ। ਦੇਖੋ 2011 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਹੈ ਜੀ, ਉਹਦੇ ਵਿੱਚ ਵੀ ਲੱਗਦਾ ਸੀ ਕਿ ਪੰਜਾਬ ਦੇ ਲੋਕ ਪ੍ਰੈਕਟੀਕਲੀ ਭਾਵੇਂ ਹੋਣ ਨਾ ਹੋਣ, ਅਸੀਂ ਆਪਣੇ ਨਿਆਣਿਆਂ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰੀਏ ਨਾ ਕਰੀਏ, ਅਸੀਂ ਵੈਸੇ ਵੀ ਕਿਸੇ ਹੋਰ ਦੇ ਨਾਲ ਗੱਲ ਕਰਨੀ ਹੋਵੇ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਕੇ ਆਪਣੇ ਆਪ ਨੂੰ ਊਣੇ ਹੀਣੇ ਮਹਿਸੂਸ ਭਾਵੇਂ ਕਰੀਏ, ਪਰ 98% ਦੇ ਕਰੀਬ ਲੋਕਾਂ ਨੇ ਪੰਜਾਬ ਵਿੱਚ 2011 ਚ ਆਪਣੀ ਭਾਸ਼ਾ, ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਈ, ਇੱਕ ਚੰਗੀ ਗੱਲ ਵੀ ਹੈ। ਤੇ ਦੂਸਰੇ ਪਾਸੇ ਪੰਜਾਬੀ ਸੂਬਾ ਬਣਿਆ ਕਿਹਨਾਂ ਨੇ ਬਣਾਇਆ? ਕਹਿੰਦੇ ਜੀ ਇੱਕ ਪਾਰਟੀ ਵਿਸ਼ੇਸ਼ ਆ ਪੰਜਾਬ ਚ, ਉਹਨਾਂ ਨੇ ਮੋਰਚਾ ਲਾਇਆ ਸੀ ਤੇ ਜਿਹਨਾਂ ਨੇ ਮੋਰਚੇ ਦੇ ਵਿੱਚ ਸ਼ਹੀਦੀਆਂ ਦਿੱਤੀਆਂ, ਜਿਹਨਾਂ ਦੀਆਂ ਮੌਤਾਂ ਹੋਈਆਂ, ਤੇ ਪੰਜਾਬੀ ਸੂਬੇ ਮੋਰਚੇ ਦੇ ਵਿੱਚ ਉਹਨਾਂ ਲੋਕਾਂ ਦੀ ਕਦਰ ਕਿੰਨੀ ਕੁ ਹੈ ਤੇ ਅੱਜ ਉਹਨਾਂ ਨੂੰ ਪੁੱਛਦਾ ਕਿਛਦਾ ਕਿੰਨਾ ਕੁ ਹੈ? ਹੁਣ ਪਤਾ ਲੱਗਿਆ ਕਿ ਉਹਨਾਂ ਟੱਬਰਾਂ ਨੂੰ ਸਾਂਭਣਾ ਤਾਂ ਦੂਰ ਦੀ ਗੱਲ ਹੈ, ਜਿਹਨਾਂ ਲੋਕਾਂ ਨੇ ਪੰਜਾਬੀ ਸੂਬੇ ਦੀ ਸਥਾਪਨਾ ਦੇ ਲਈ ਦਿਨ ਰਾਤ ਇੱਕ ਕਰ ਦਿੱਤਾ, ਸਾਡੀਆਂ ਸਰਕਾਰਾਂ ਤੋਂ ਤਾਂ ਉਹਨਾਂ ਦੀਆਂ ਅਸਥੀਆਂ ਤੱਕ ਨਹੀਂ ਸਾਂਭੀਆਂ ਗਈਆਂ। ਪੰਜਾਬੀ ਸੂਬੇ ਮੋਰਚੇ ਦੌਰਾਨ 43 ਲੋਕ ਸ਼ਹੀਦ ਹੋਏ, ਚੈਂਚਲ ਸਿੰਘ, ਜਸਵੰਤ ਸਿੰਘ, ਨਾਜ਼ਰ ਸਿੰਘ ਤੇ ਰਣਜੀਤ ਸਿੰਘ 9 ਅਕਤੂਬਰ 1960 ਨੂੰ ਬਠਿੰਡਾ ਜੇਲ੍ਹ ਦੇ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ। 12 ਸ਼ਹੀਦਾਂ ਦੇ ਵਾਰਸਾਂ ਦੀ ਅੱਜ ਤੱਕ ਪਹਿਚਾਣ ਹੀ ਨਹੀਂ ਹੋ ਸਕੀ ਕਿ ਉਹ ਬੰਦੇ ਕੌਣ ਸਨ, ਪਰ ਪੰਜਾਬੀ ਸੂਬੇ ਦੇ ਲਈ ਉਹ ਕੰਮ ਕਰਨ ਵਾਲੇ ਸੀ। ਇਹਦੇ ਨਾਲ ਨਾਲ ਇਹ ਜਿਹੜੇ ਸ਼ਹੀਦ ਹੋਏ ਬੰਦੇ ਸੀ, ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਦੀ ਯਾਦਗਾਰ ਦਾ ਨੀਂਹ ਪੱਥਰ 27 ਫਰਵਰੀ 1971 ਨੂੰ ਖੁਦ ਸੰਤ ਫਤਿਹ ਸਿੰਘ ਹੋਰਾਂ ਨੇ ਰੱਖਿਆ। 71 ਦਾ ਮਤਲਬ ਇਹ ਕਿ 29 ਸਾਲ ਹੋ ਤੇ 18 ਸਾਲ ਹੋ, ਹਿਸਾਬ ਕਿਤਾਬ ਹੁਣ ਸਾਨੂੰ ਆਪਣੇ ਆਪ ਹੀ ਲਾ ਲੈਣਾ ਚਾਹੀਦਾ ਕਿ ਸਾਲ 40 ਹੋਏ ਆ ਕਿ 47 ਹੋਏ ਆ ਜੀ। ਇੰਨੇ ਵਰਿਆਂ ਦੇ ਵਿੱਚ ਵੀ ਜੇ ਕੰਮ ਸਿਰੇ ਬੰਨੇ ਨਹੀਂ ਲੱਗ ਸਕਿਆ, ਅਜੇ ਤੱਕ ਯਾਦਗਾਰ ਹੀ ਨਹੀਂ ਬਣ ਸਕੀ ਤਾਂ ਕਮਾਲ ਹੈ। ਅਕਾਲੀ ਦਲ ਨੇ ਸੱਦਾ ਦਿੱਤਾ ਸੀ ਇਸ ਮੋਰਚੇ ਦਾ ਜੀ, ਪਰ ਉਹਦੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਕਾਸ਼ ਸਿੰਘ ਬਾਦਲ ਖੁਦ 19 ਸਾਲ 15 ਦਿਨ ਬਤੌਰ ਮੁੱਖ ਮੰਤਰੀ ਹਕੂਮਤ ਸਾਂਭ ਚੁੱਕੇ ਹੈ, ਤੇ ਬਤੌਰ ਮੁੱਖ ਮੰਤਰੀ ਹਕੂਮਤ ਸਾਂਭਣ ਦੇ ਬਾਵਜੂਦ ਵੀ ਅਜੇ ਤੱਕ ਉਹ ਜਿਹੜੀ ਹਕੂਮਤ ਹੈ ਉਹ ਵੀ ਸ਼ਹੀਦਾਂ ਦੇ ਵਾਰਸਾਂ ਨੂੰ ਲੱਭ ਨਹੀਂ ਸਕੀ, ਅੱਜ ਤੱਕ ਯਾਦਗਾਰ ਉਹਨਾਂ ਦੀ ਬਣਾਈ ਨਹੀਂ ਸਕੀ। ਇੰਨਾ ਕੁ ਜ਼ਿਆਦਾ ਸੁਹਿਰਦ ਨੇ ਸਾਡੇ ਲੀਡਰ, ਜਿਹਨਾਂ ਦੇ ਇੱਕ ਵਾਰ ਕਹਿਣ ਦੇ ਉੱਤੇ ਅਸੀਂ ਮੋਰਚਿਆਂ ਦੇ ਵਿੱਚ ਤੁਰ ਪੈਂਦੇ ਹਾਂ, ਕਹਿ ਦਿੰਦੇ ਹਾਂ ਕਿ ਭਾਈ ਪੰਥ ਨੂੰ ਖਤਰੇ ਵਾਲੀ ਗੱਲ ਹੈ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਅਜੀਬ ਸਥਿਤੀ ਹੈ। ਸ਼ਹੀਦ ਚੈਂਚਲ ਸਿੰਘ ਦੇ ਲੜਕੇ ਅਜੈਬ ਸਿੰਘ ਨੇ ਜੋ ਦੱਸਿਆ, ਕਹਿੰਦੇ ਮੈਂ 8 ਸਾਲਾਂ ਦਾ ਸੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਤੇ ਮੇਰੇ ਬਾਪੂ ਨੇ ਜਾਨ ਵਾਰੀ ਜੀ। 3 ਸਾਲਾਂ ਬਾਅਦ ਮਾਂ ਚੱਲ ਵਸੀ, ਮੈਂ 11 ਸਾਲਾਂ ਦਾ ਸੀ, ਬੜਾ ਔਖਾ ਹੋ ਕੇ ਦਿਨ ਕੱਟੇ, ਪਰ ਉਹ ਕਹਿੰਦੇ ਅੱਜ ਤੱਕ ਸਾਨੂੰ ਅਸਥੀਆਂ ਵੀ ਨਹੀਂ ਦਿੱਤੀਆਂ ਗਈਆਂ, ਕਹਿੰਦੇ ਜੀ ਅਮਾਨਤਖਾਨੇ ਚ ਪਈਆਂ, SCPC ਵਾਲੇ ਕਹਿੰਦੇ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਅਸਥੀਆਂ ਉਸ ਯਾਦਗਾਰ ਦੇ ਵਿੱਚ ਰੱਖੀਆਂ ਜਾਣੀਆਂ ਸੀ, ਜਿਹੜੀ ਯਾਦਗਾਰ ਪੰਜਾਬ ਦੀ ਸਰਕਾਰ ਨੇ ਅਜੇ ਤੱਕ ਬਣਾਈ ਨਹੀਂ, ਤੇ ਪਰ ਉਹ ਗੁਰੂ ਰਾਮਦਾਸ ਨਾਂ ਦੇ ਅਮਾਨਤਖਾਨੇ ਚ ਰੱਖਤੀਆਂ, ਉਹਨੂੰ ਰੈਨੋਵੇਟ ਕਰਨਾ ਸੀ, ਤੇ ਅਗਲਿਆਂ ਨੇ ਜਿਹੜੇ ਤਬੂਤਾਂ ਦੇ ਵਿੱਚ ਉਹ ਅਸਥੀਆਂ ਰੱਖੀਆਂ ਸੀ ਆ ਕੇ ਤਬੂਤੀ ਵੇਚ ਤੇ ਕਬਾੜਖਾਨੇ ਚ।
ਇਹਦਾ ਮਤਲਬ ਹੈ ਕਿ ਟੱਬਰਾਂ ਦੇ ਕੋਲ ਮਾਨ ਸਨਮਾਨ ਤਾਂ ਕੀ ਬਚਣਾ ਸੀ, ਇਹਨਾਂ ਸ਼ਹੀਦਾਂ ਦੇ ਟੱਬਰਾਂ ਦੇ ਕੋਲ ਆਪਣੇ ਸ਼ਹੀਦ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਤੱਕ ਵੀ ਜਿਹੜੀਆਂ ਉਹ ਨਹੀਂ ਬਚ ਸਕੀਆਂ। ਇਸੇ ਤਰੀਕੇ ਜਿਹੜੇ ਬਾਕੀ ਸ਼ਹੀਦ ਹੋਏ ਸੀ ਪੰਜਾਬੀ ਸੂਬੇ ਮੋਰਚੇ ਚ, ਉਹਨਾਂ ਦੇ ਪਰਿਵਾਰ ਮੈਂਬਰਾਂ ਦਾ ਵੀ ਕਹਿਣਾ, ਸ਼ਹੀਦ ਰਣਜੀਤ ਸਿੰਘ ਦੀ ਲੜਕੀ ਜਿਹੜੀ ਹੈ ਉਹਦਾ ਨਾਮ ਹੈ ਜਸਵੀਰ ਕੌਰ, ਉਹ ਕਹਿੰਦੇ ਜੀ ਦੇਖੋ ਬਾਪੂ ਦੀ ਸ਼ਹੀਦੀ ਮਗਰੋਂ ਠੋਕਰਾਂ ਖਾ ਖਾ ਕੇ ਵੱਡੇ ਹੋਏ, ਨਾ ਅਸਥੀਆਂ ਮਿਲੀਆਂ ਨਾ ਮਾਣ ਸਤਿਕਾਰ ਮਿਲਿਆ, ਇੱਕੋ ਹੀ ਚੀਜ਼ ਸਾਲ ਚ ਮਿਲਦੀ ਹੈ ਉਹਨੂੰ ਇੱਕ ਲੋਈ ਤੇ ਇੱਕ ਲੱਡੂਆਂ ਦਾ ਡੱਬਾ ਕਹਿੰਦੇ ਆ। ਉਹਦੇ ਤੋਂ ਬਾਅਦ ਸਰਕਾਰੇ ਦਰਬਾਰੇ ਕੋਈ ਪੁੱਛਦਾ ਹੀ ਨਹੀਂ ਕਿ ਭਾਈ ਤੁਸੀਂ ਰੋਟੀ ਖਾਧੀ, ਤੁਹਾਡਾ ਟੱਬਰ ਠੀਕ ਹੈ ਕਿ ਨਹੀਂ ਠੀਕ। ਦੇਖੋ ਪੰਜਾਬੀ ਸੂਬਾ ਬਣਾਇਆ ਭਾਸ਼ਾ ਦੇ ਆਧਾਰ ਤੇ, ਨਾ ਅਸੀਂ ਭਾਸ਼ਾ ਬਚਾ ਸਕੇ, ਨਾ ਪੰਜਾਬੀ ਬੋਲਦੇ ਇਲਾਕੇ ਬਚਾ ਸਕੇ, ਨਾ ਉਹਨਾਂ ਸ਼ਹੀਦਾਂ ਦੇ ਟੱਬਰਾਂ ਨੂੰ ਮਾਣ ਤੇ ਸਤਿਕਾਰ ਦਵਾ ਸਕੇ ਜਿਹਨਾਂ ਸ਼ਹੀਦਾਂ ਦੇ ਟੱਬਰਾਂ ਨੇ ਬਹੁਤ ਕੁਝ ਆਪਣੇ ਪਰਿਵਾਰ ਦੇ ਜੀਆਂ ਦੇ ਜਾਣ ਤੋਂ ਬਾਅਦ ਸਹਿਣ ਕੀਤਾ। ਤੇ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਕਿੱਧਰ ਜਾਂਦੀ ਹੈ। ਪਰ ਇਸ ਮਸਲੇ ਤੋਂ ਇੱਕ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ ਸਿਆਸੀ ਤੌਰ ਤੇ ਐਜੂਕੇਸ਼ਨ ਚੱਲਦੀਆਂ, ਉਹ ਜਿਹੜੀਆਂ ਮੁਹਿੰਮਾਂ ਨੇ, ਉਹ ਜਿਹੜੀਆਂ ਲਹਿਰਾਂ ਨੇ, ਜੇ ਤਾਂ ਕਿਸੇ ਸਿਆਸਤਦਾਨ ਦੇ ਉਹ ਕੰਮ ਜਿਹੜਾ ਰੁਕ ਦੇ ਵਿੱਚ ਆਉਂਦਾ ਹੋਵੇ ਕਿ ਭਾਈ ਨਹੀਂ ਮੈਨੂੰ ਇੱਥੋਂ ਲਾਹਾ ਮਿਲ ਸਕਦਾ, ਤੇ ਫਿਰ ਉਹ ਸਾਰੀ ਗੱਲ ਕਿਸੇ ਹੋਰ ਪਾਸੇ ਚਲੇ ਜਾਂਦੀ ਹੈ। ਨਹੀਂ ਤਾਂ ਆਮ ਤੌਰ ਦੇ ਉੱਤੇ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ, ਪਾਰਟੀਆਂ ਲਾਹਾ ਲੈ ਜਾਂਦੀਆਂ, ਲੋਕਾਂ ਦੇ ਘਰਾਂ ਦੇ ਜੀ ਚਲੇ ਜਾਂਦੇ ਆ, ਲੋਕੀ ਇੱਕ ਵਾਰ ਫਿਰ ਬਾਲਣ ਦੇ ਰੂਪ ਚ ਕੰਮ ਆਉਂਦੇ ਆ, ਜਿਹਨਾਂ ਨੂੰ ਚੁੱਲ੍ਹਿਆਂ ਦੇ ਵਿੱਚ ਸਿਆਸੀ ਤੌਰ ਤੇ ਬਾਲ ਬਾਲ ਕੇ ਲੀਡਰਾਂ ਨੇ ਰੋਟੀਆਂ ਸਿੱਖਣੀਆਂ ਹੁੰਦੀਆਂ। ਜੀ, ਤੇ ਦੱਸਦੀ ਹੈ ਜੀ ਕਿ ਆਹ ਨੰਬਰ ਇੱਕ ਸਾਡੇ ਉਹ ਸੱਜਣ ਨੋਟ ਕਰ ਲੈਣ ਜਿਹੜੇ ਸਹਿਯੋਗ ਕਰਨਾ ਚਾਹੁੰਦੇ ਆ। ਜੋਗਿੰਦਰ ਸਿੰਘ ਮਹਿਰਾ ਸਾਹਿਬ ਹੋਰਾਂ ਦਾ ਨੰਬਰ ਹੈ ਤੇ ਨੰਬਰ ਹੈ ਜੀ 9814538889 9814538889। ਇਸ ਨੰਬਰ ਦੇ ਉੱਤੇ ਮਹਿਰਾ ਸਾਹਿਬ ਨੂੰ ਤੁਸੀਂ ਵਟਸਐਪ ਵੀ ਕਰ ਸਕਦੇ ਹੋ, ਸ਼ਾਇਦ ਪੇਟੀਐਮ ਵੀ ਇਸ ਤੇ ਚੱਲਦਾ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਣ ਆਉਂਦੀ ਹੈ ਸਹਿਯੋਗ ਦੇਣ ਦੇ ਮਾਮਲੇ ਦੇ ਵਿੱਚ ਤਾਂ ਉਹ ਅੜਚਣ ਦੂਰ ਕਰ ਸਕਦੇ ਹੋ, ਕਿਉਂਕਿ ਫੰਡ ਰੇਜ਼ਿੰਗ ਡੇ ਹੈ ਤੇ ਕੋਈ ਵੀ ਸਰੋਤਾ ਸੱਜਣ ਸਾਨੂੰ ਭੇਜਣਾ ਚਾਹੁੰਦਾ ਤਾਂ ਉਹਨਾਂ ਦਾ ਨਾਮ ਸਾਡੇ ਕੋਲ ਪਹੁੰਚ ਜਾਵੇ ਤੇ ਫਿਰ ਸੌਖਾ ਹੋ ਜਾਂਦਾ, ਅਸੀਂ ਅੱਗੇ ਉਹਨੂੰ ਲਿਸਟ ਵੀ ਕਰ ਸਕਦੇ ਹਾਂ। ਸੋ ਜਿਹੜੇ ਹੁਣ ਤੱਕ ਸਹਿਯੋਗ ਕਰ ਚੁੱਕੇ ਸੱਜਣ ਨੇ ਜੀ, ਉਹਨਾਂ ਦੇ ਵਿਚੋਂ ਬਾਈ ਪ੍ਰਿਤਪਾਲ ਵਿਰਕ, ਕੁਲਦੀਪ ਸਿੰਘ ਤੇ ਰਣਜੀਤ ਥਿੰਦ, ਜੈਦੀਪ ਸਿੰਘ, ਇੰਦਰਜੀਤ ਸਿੰਘ ਤੇ ਨਾਲ ਹੀ ਅਮਰੀਕ ਸਿੰਘ, ਜਸਵੰਤ ਸਿੰਘ ਸੋਤਾ ਸਾਹਿਬ, ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ ਸੰਧੂ USA ਤੋਂ, ਜਸਵੰਤ ਸਿੰਘ ਸੋਤਾ ਸਾਹਿਬ ਦਾ ਨਾਮ ਦੂਜੀ ਵਾਰ ਆ ਗਿਆ ਮੇਰੇ ਕੋਲ ਲਿਸਟ ਦੇ ਵਿੱਚ, ਤੇ ਸੁਖਜਿੰਦਰ ਸਿੰਘ। ਸੋ ਹੋ ਸਕਦਾ ਕੁਛ ਨਾਮ ਰਹਿ ਗਏ ਹੋਣ, ਕੁਛ ਆ ਵੀ ਸਕਦੇ ਆ। ਸੋ ਅਸੀਂ ਆਪਦੇ ਵੱਲੋਂ ਡਿਟੇਲ ਇਹ ਸਾਂਝੀ ਕਰਨ ਦਾ ਯਤਨ ਕਰਦੇ ਹਾਂ ਕਿ ਜਦੋਂ ਫਿਰ ਵੀ ਕੋਈ ਸਾਨੂੰ ਸਹਿਯੋਗੀ ਸੱਜਣ ਨਾਲ ਜੁੜਦਾ ਤਾਂ ਉਸ ਦਾ ਨਾਮ ਤੇ ਨਾਮਣਾ ਜਿਹੜਾ ਉਹ ਸਾਂਝੇ ਜ਼ਰੂਰ ਕਰਦੇ ਰਹਾਂਗੇ। ਵਟਸਐਪ ਅਗਲੀ ਖ਼ਬਰ ਦੇ ਉੱਤੇ ਅਸੀਂ ਗੱਲ ਕਰੀਏ, ਨਜਾਇਜ਼ ਮਾਈਨਿੰਗ ਦਾ ਮਾਮਲਾ। ਖੈਰਾ ਹੋਰ ਇਹਦੇ ਤੇ ਵੀ ਸਰਗਰਮ ਹੋ ਗਏ ਨੇ ਸੁਖਨਾਥ ਜੀ, ਜ਼ਰੂਰੀ ਹੈ ਜੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਮ ਆਦਮੀ ਪਾਰਟੀ ਨਾਲ ਟੁੱਟਣਾ ਜਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਤੋੜਨਾ, ਜੇ ਸਿਆਸੀ ਤੌਰ ਤੇ ਜਿਉਂਦੇ ਰਹਿਣਾ, ਜੇ ਸਿਆਸੀ ਤੌਰ ਤੇ ਹੋਂਦ ਕਾਇਮ ਰੱਖਣੀ ਆ ਤਾਂ ਹੁਣ ਲੋਕਾਂ ਦੇ ਮੁੱਦਿਆਂ ਨੂੰ ਤੁਰਨਾ ਪਊ। ਆਪਸ ਜਿੰਨਾ ਕੁ ਲੜਨਾ ਸੀ ਲੜ ਲਿਆ, ਜਿੰਨੇ ਕੁ ਇੱਕ ਦੂਸਰੇ ਨੂੰ ਮੌਕੇ ਦੇਣੇ ਸੀ ਦੇ ਲਏ, ਕਿਉਂਕਿ ਲੜਾਈ ਪੰਜਾਬ ਦੀ ਸਿਆਸੀ ਤੌਰ ਤੇ ਇਸ ਕਰਕੇ ਥੋੜੀ ਜਿੱਤੀ ਜਾਣੀ ਹੈ ਕਿ ਭਗਵੰਤ ਮਾਨ ਸਾਹਿਬ ਵਾਲੇ ਧੜੇ ਨੂੰ ਵੋਟਾਂ ਵੱਧ ਪੈਂਦੀਆਂ ਕਿ ਇਹਨਾਂ ਨੂੰ ਵੱਧ ਪੈਂਦੀਆਂ। ਉਹ ਲੜਾਈ ਤਾਂ ਫਿਰ ਅਕਾਲੀ ਭਾਜਪਾ ਨਾਲ ਵੀ ਲੜਨੀ ਪਊ, ਉਹ ਲੜਾਈ ਤਾਂ ਫਿਰ ਕਾਂਗਰਸੀਆਂ ਨਾਲ ਵੀ ਲੜਨੀ ਪਊ, ਉਹ ਲੜਾਈ ਤਾਂ ਫਿਰ ਬਹੁਜਨ ਸਮਾਜ ਪਾਰਟੀ ਨਾਲ ਵੀ ਲੜਨੀ ਪਊ। ਸਾਰਿਆਂ ਨਾਲ ਲੜਾਈ ਲੜੀ ਜਾਊਗੀ, ਅੱਗੇ ਨਿਕਲਿਆ ਜਾਊਗਾ, ਫਿਰ ਕਿਤੇ ਜਾ ਕੇ ਗੱਲ ਬਣਨੀ, ਉਦੋਂ ਤਾਂ ਗੱਲ ਹੀ ਨਹੀਂ ਬਣ ਸਕਦੀ। ਤੇ ਹੁਣ ਲੱਗਦਾ ਕਿ ਇਹ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਚੰਗੇ ਤਰੀਕੇ ਜਿਹੜੀ ਹੈ ਉਹ ਸਮਝਾ ਗਈ। ਸ੍ਰੀ ਅਨੰਦਪੁਰ ਸਾਹਿਬ ਦਾ ਇਲਾਕਾ, ਉੱਥੇ ਸੁਖਪਾਲ ਸਿੰਘ ਖਹਿਰਾ ਨੇ ਐਡਵੋਕੇਟ ਦਿਨੇਸ਼ ਚੱਡਾ ਦੇ ਸੱਦੇ ਦੇ ਉੱਤੇ ਦੌਰਾ ਕੀਤਾ ਤੇ ਦੋ ਚਾਰ ਦਿਨ ਪਹਿਲੇ ਕਹਿਤਾ ਸੀ ਕਿ ਭਾਈ ਮੈਂ ਉੱਥੇ ਜਾਣਾ, ਰੇਤੇ ਦੀ ਨਜਾਇਜ਼ ਮਾਈਨਿੰਗ ਹੁੰਦੀ ਹੈ ਤੇ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਹੈ ਉਹਨੂੰ ਵੇਖਣਾ ਹੈ ਕਿ ਕਿੰਨੀ ਕੁ ਵੱਡੀ ਪੱਧਰ ਦੇ ਉੱਤੇ ਸਾਰਾ ਕੰਮ ਕਰ ਚੱਲਦਾ। ਪਰ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਐਲਾਨ ਕਰਤਾ ਸੀ ਕਿ ਮੈਂ ਉਸੇ ਇਲਾਕੇ ਦੇ ਨਜਾਇਜ਼ ਮਾਈਨਿੰਗ ਦੇਖਣ ਜਾਣਾ, ਅਗਲਿਆਂ ਨੇ ਥੋੜੇ ਬਹੁਤ ਪ੍ਰਬੰਧ ਜਿਹੜੇ ਆ ਉਹ ਪਹਿਲਾਂ ਹੀ ਕਰ ਲਏ ਸੀ ਕਿ ਭਾਈ ਸੁਖਪਾਲ ਸਿੰਘ ਖਹਿਰਾ ਨੇ ਆਉਣਾ, ਰੌਲਾ ਰੱਪਾ ਬਹੁਤ ਪਊਗਾ, ਕੁਝ ਪ੍ਰਬੰਧ ਕਰ ਲਓ ਜੀ। ਤੇ ਨਾਲ ਦੀ ਨਾਲ ਇੱਕ ਕਾਲ ਹੈ ਜ਼ਰੂਰੀ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰਦਾ ਜੀ, ਕਿਉਂਕਿ ਅੱਜ ਇਹ ਮੈਂ ਕਾਲ ਲੈਣੀ ਲਾਜ਼ਮੀ ਸਮਝਦਾ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਆਪਾਂ ਥੋੜੇ ਜਿਹੇ ਪੈਸੇ ਦੇਣੇ ਹਨ,
ਦੇ ਦੋ ਜੀ ਜੀ ਬਿਲਕੁਲ ਕਾਰਡ ਨੰਬਰ ਵੀਰ ਆਪਣਾ ਵੀਜ਼ਾ ਕਾਰਡ ਜੇ ਮੈਂ ਤੁਹਾਨੂੰ ਆਫ ਏਅਰ ਲੈਣਾ ਜੀ ਨੰਬਰ ਨੰਬਰ ਨਾ ਬੋਲਿਓ ਇੱਥੇ ਮੈਂ ਆਫ ਏਅਰ ਲੈਣਾ ਜੀ ਤੁਸੀਂ ਹੋਲਡ ਰੱਖੋ ਸੋ ਵਟਸਐਪ ਇੱਕ ਬ੍ਰੇਕ ਲੈ ਲਈਏ ਸਰੋਤੇ ਸਾਨੂੰ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਜੀ ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਗੱਲਬਾਤ ਜਾਰੀ ਰੱਖਦੇ ਹਾਂਜੀ ਬਾਈ ਜੀ ਹੁਣ ਦੱਸੇ ਲਓ ਜੀ ਮਾਫੀ ਚਾਹਵਾਂਗੇ ਕਿਉਂਕਿ ਮਾਫੀ ਵੈਸੇ ਅੱਜ ਦਾ ਦਿਨ ਤੁਸੀਂ ਮੈਨੂੰ ਦੇ ਹੀ ਦਿਓਗੇ ਕਿਉਂਕਿ ਅੱਜ ਫੰਡ ਰੇਜ਼ਿੰਗ ਡੇ ਹੈ ਜਦੋਂ ਵੀ ਕਾਲ ਆਉਂਦੀ ਹੈ ਬਹੁਤ ਬੰਦੇ ਦਾ ਮੂਡ ਬਦਲ ਜੇ ਕਹਿ ਨਹੀਂ ਸਕਦੇ ਕੁਛ ਸੋ ਇਸ ਕਰਕੇ ਸਾਡੇ ਸਰੋਤੇ ਸੱਜਣ ਬਾਈ ਜੀ ਆਏ ਸੀ ਹਰਨੰਦਨ ਸਿੰਘ ਮਹਾਨ ਮੁਹਾਰ ਤੇ ਉਹ ਸਹਿਯੋਗ ਦੇ ਕੇ ਗਏ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਵਟਸਐਪ ਜਿਹੜੀ ਗੱਲ ਕਰ ਰਹੇ ਸੀ ਉਥੋਂ ਅੱਗੇ ਗੱਲ ਵਧਾਈਏ ਸੁਖਨੈਬ ਜੀ ਮੈਂ ਗੱਲ ਕਰ ਰਿਹਾ ਸੀ ਕਿ ਰੇਤ ਮਾਫੀਆ ਦੇ ਵੱਲ ਰੇਤ ਦੀ ਨਜਾਇਜ਼ ਮਾਈਨਿੰਗ ਦੇ ਵੱਲ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਧਿਆਨ ਜਿਹੜਾ ਉਹ ਕੇਂਦਰਿਤ ਕਰ ਲਿਆ ਐਡਵੋਕੇਟ ਦਿਨੇਸ਼ ਚੱਡਾ ਜਿਹੜੇ ਕਿ ਬਹੁਤ ਵੱਡੇ ਆਰਟੀਆਈ ਐਕਟਿਵਿਸਟ ਵੀ ਨੇ ਲੋਕਾਂ ਦੇ ਮੁੱਦਿਆਂ ਦੀ ਅਕਸਰ ਗੱਲ ਚੁੱਕਦੇ ਰਹਿੰਦੇ ਆ ਉਹਨਾਂ ਦੇ ਸੱਦੇ ਤੇ ਆਨੰਦਪੁਰ ਸਾਹਿਬ ਦੇ ਖੇਤਰ ਦਾ ਦੌਰਾ ਕੀਤਾ ਤੇ ਖਹਿਰਾ ਸਾਹਿਬ ਨੇ ਉੱਥੇ ਜਾ ਕੇ ਇੱਕ ਤਾਂ ਪੱਤਰਕਾਰਾਂ ਨੂੰ ਵਿਖਾਇਆ ਕਿ ਆਹ ਵੇਖੋ ਇਹ ਉਹੀ ਥਾਂ ਆ ਜਿੱਥੇ 10 ਸਾਲ ਅਕਾਲੀ ਭਾਜਪਾ ਵਾਲਿਆਂ ਨੇ ਸ਼ਰੇਆਮ ਰੇਤੇ ਦੀ ਨਜਾਇਜ਼ ਮਾਈਨਿੰਗ ਕਰਾਈ ਤੇ ਉਦੋਂ ਰਾਣਾ ਕੇ ਪੀ ਸਿੰਘ ਹੋਰੀ ਜਿਹੜੇ ਅੱਜ ਕੱਲ ਵਿਧਾਨ ਸਭਾ ਦੇ ਸਪੀਕਰ ਆ ਇਹ ਵਾਰ ਵਾਰ ਰੌਲਾ ਪਾਉਂਦੇ ਹੁੰਦੇ ਸੀ ਕਿ ਜੇ ਇੱਥੋਂ ਨਜਾਇਜ਼ ਮਾਈਨਿੰਗ ਹੁੰਦੀ ਆ ਬੰਦ ਕਰਾਈ ਜਾਵੇ ਇਹ ਲੋਕਾਂ ਦੇ ਸਰੋਤਾਂ ਦੀ ਸਿੱਧੇ ਤੌਰ ਤੇ ਲੁੱਟ ਹੈ ਤੇ ਹੁਣ ਉਹ ਕਹਿੰਦੇ ਉਹੀ ਕੰਮ ਕਾਂਗਰਸ ਦੀ ਸਰਕਾਰ ਦੇ ਵਿੱਚ ਹੋ ਰਿਹਾ ਤੇ ਹੁਣ ਮੈਨੂੰ ਇਹ ਨੀ ਸਮਝ ਆਉਂਦੀ ਕਿ ਸਪੀਕਰ ਸਾਹਿਬ ਚੁੱਪ ਕਿਉਂ ਆ ਇੱਥੋਂ ਤੱਕ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਹਿਤਾ ਕਿ ਜੇ ਬਹੁਤ ਛੇਤੀ ਪਰਚੇ ਨਾ ਹੋਏ ਬੰਦਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਜਿਹੜੇ ਰੋਜ਼ ਇੱਥੋਂ ਲੱਖਾਂ ਰੁਪਈਏ ਦੀ ਰੇਤ ਲੁੱਟ ਕੇ ਲਿਜਾਂਦੇ ਸੀ ਤਾਂ ਫਿਰ ਸਾਨੂੰ ਇੱਥੇ ਵੱਡੀ ਪੱਧਰ ਤੇ ਸੰਘਰਸ਼ ਸ਼ੁਰੂ ਕਰਨਾ ਪਊ ਹਾਲਾਂਕਿ ਖਹਿਰਾ ਸਾਹਿਬ ਦੇ ਆਉਣ ਤੋਂ ਇੱਕ ਰਾਤ ਪਹਿਲਾਂ ਹੀ ਉਹਨਾਂ ਰਸਤਿਆਂ ਦੇ ਵਿੱਚ ਵੱਡੇ ਵੱਡੇ ਟੋਏ ਪੁੱਟ ਦਿੱਤੇ ਗਏ ਸੀ ਜਿੱਧਰਲੇ ਪਾਸਿਆਂ ਦੀ ਟਿੱਪਰ ਟਰਾਲੀਆਂ ਸਾਰਾ ਕੁਝ ਰੇਤਾਂ ਦੀਆਂ ਭਰੀਆਂ ਜਾਂਦਾ ਸੀ ਹੁਣ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਨਜਾਇਜ਼ ਮਾਈਨਿੰਗ ਰੋਕਣ ਲਈ ਕੀਤੇ ਆ ਤੇ ਲੋਕ ਵਿੱਚ ਵਿਚਾਲੇ ਵੀ ਕਹੀ ਜਾਂਦੇ ਆ ਕਿ ਇਸ ਕਰਕੇ ਟੋਏ ਪੱਟ ਦਿੱਤੇ ਤਾਂ ਕਿ ਉਹਨਾਂ ਦੀਆਂ ਗੱਡੀਆਂ ਬਹੁਤ ਦੂਰ ਤੱਕ ਨਾ ਜਾ ਸਕਣ ਅਸਲ ਨਜ਼ਾਰਾ ਨਜਾਇਜ਼ ਮਾਈਨਿੰਗ ਦਾ ਜਿਹੜਾ ਉਹ ਪਤਾ ਲੱਗ ਹੀ ਨਾ ਸਕੇ ਸੋ ਕੁੱਲ ਮਿਲਾ ਕੇ ਜੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਹੁਣ ਸੱਚੀ ਮੁੱਚੀ ਏਦਾਂ ਦੇ ਲੋਕ ਮੁੱਦਿਆਂ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਦੂਸਰੇ ਧੜੇ ਨੂੰ ਵੀ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਪਏਗਾ ਜ਼ਰੂਰ ਜੀ ਅਗਲੀ ਖਬਰ ਦੇ ਉੱਤੇ ਅਸੀਂ ਪਾਈਏ ਜੀ ਚਾਨਣਾ ਔਰ ਮੈਂ ਦੱਸ ਦਿਆਂ ਜੀ ਕਿਉਂਕਿ ਜੇ ਤੁਸੀਂ ਸਹਿਯੋਗ ਦੇਣਾ ਪਹਿਲਾਂ ਤਾਂ ਹਰਨੰਦਨ ਸਿੰਘ ਜੀ ਮੈਂ ਤੁਹਾਨੂੰ ਕਹਿਣਾ ਭੁੱਲ ਗਿਆ ਤੁਸੀਂ ਆਪਦੀ ਫੋਟੋ ਬਲੀਜ਼ ਸਾਡੇ ਕੋਲ ਪਹੁੰਚਦੀ ਕਰਿਓ ਵਟਸਐਪ ਕਰ ਸਕਦੇ ਹੋ ਈਮੇਲ ਕਰ ਸਕਦੇ ਹੋ ਵਟਸਐਪ ਮੈਨੂੰ ਵੀ ਕਰ ਸਕਦੇ ਹੋ ਈਮੇਲ ਹੈ ਜਿਹੜੀ ਉਹ info@channelpradesi.com ਹੈ ਤੇ ਬਾਕੀ ਵੀ ਸੱਜਣ ਜਿਹੜਿਆਂ ਦੀਆਂ ਫੋਟੋਆਂ ਨਹੀਂ ਆਈਆਂ ਜੀ ਉਹ ਸਾਨੂੰ ਫੋਟੋਆਂ ਪਹੁੰਚਣੀਆਂ ਕਰ ਦਿਓ ਪੱਟੀ ਸਾਹਿਬ ਤੁਸੀਂ ਮੈਨੂੰ ਪੁੱਛ ਰਹੇ ਹੋ ਤਾਂ ਮੈਂ ਦੱਸਦਾ ਆਨ ਏਅਰ ਹੀ ਕਿ ਮਨੀ ਟ੍ਰਾਂਸਫਰ ਵੈਸਟਰਨ ਯੂਨੀਅਨ ਇਹ ਅਗਲੇ ਆਪਸ਼ਨ ਨੇ ਸਭ ਤੋਂ ਪਹਿਲਾ ਆਪਸ਼ਨ ਹੈਗਾ ਕ੍ਰੈਡਿਟ ਕਾਰਡ ਹੁਣੇ ਅਸੀਂ ਨਾਲ ਦੀ ਨਾਲ ਹੀ ਚੱਕ ਲਵਾਂਗੇ ਉਹਦੇ ਤੋਂ ਪੈਸੇ ਜਾਂ ਫਿਰ ਤੁਸੀਂ ਹੋਰ ਕਿਸੇ ਤਰੀਕੇ ਨਾਲ ਭੇਜਣ ਦਿਓ ਜਿਵੇਂ ਵੀ ਤੁਸੀਂ ਪਹੁੰਚਦੇ ਕਰਨੇ ਆ ਤੁਹਾਡੇ ਕੋਲ ਜਿਹੜਾ ਈਜ਼ੀ ਵੇ ਹੈ ਉਹਦੇ ਰਾਹੀਂ ਭੇਜ ਸਕਦੇ ਹੋ ਸਾਨੂੰ ਦੱਸ ਦਿਓ ਤੇ ਅਸੀਂ ਉੱਥੋਂ ਉਸ ਤਰੀਕੇ ਨਾਲ ਹਾਸਲ ਕਰ ਸਕਦੇ ਹਾਂ ਸੋ ਕੋਈ ਵੀ ਸਰੋਤਾ ਸੱਜਣ ਚਾਹੇ ਤੁਸੀਂ ਰੁਪਈਏ ਦੇਣੇ ਆ $5 ਦੇਣੇ ਆ ਜਾਂ $500 ਦੇਣਾ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਸੱਚ ਸਹਿਯੋਗ ਕਿੰਨਾ ਦੇ ਸਕਦੇ ਹੋ ਕਿਉਂਕਿ ਅਸੀਂ ਖੋਣਾ ਨਹੀਂ ਕਿਸੇ ਤੋਂ ਅਸੀਂ ਮੰਗਣਾ ਪਰ ਕੁੰਡਾ ਖੜਕਾ ਕੇ ਵੀ ਨਹੀਂ ਮੰਗਣਾ ਤੁਸੀਂ ਜਿੰਨਾ ਸਾਥ ਦੇ ਸਕਦੇ ਹੋ ਮੋਸਟ ਵੈਲਕਮ ਕਿਸੇ ਵੀ ਤਰੀਕੇ ਨਾਲ ਭੇਜ ਸਕਦੇ ਹੋ ਕਿਉਂਕਿ ਜੇ ਇੰਡੀਆ ਦੇ ਵਿੱਚ ਭੇਜਣਾ ਤਾਂ ਮਹਿਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ 9815388999 ਇਸ ਨੰਬਰ ਦੇ ਉੱਤੇ ਜੋਗਿੰਦਰ ਸਿੰਘ ਮਹਿਰਾ ਸਾਹਿਬ ਗੋਲੀ ਭਾਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਵਟਸਐਪ ਇਹ ਤੋਂ ਅਗਲੀ ਖਬਰ ਦੇ ਉੱਤੇ ਆਪਾਂ ਚੱਲੀਏ ਜੀ ਤੇ ਪ੍ਰਕਾਸ਼ ਡਾਲੀਏ ਕੀ ਕਹਿੰਦੀ ਹੈ ਇਹ ਖਬਰ ਅਕਾਲੀਆਂ ਦਾ ਰੋਸ ਪ੍ਰਦਰਸ਼ਨ ਵੀ ਧੜੇਬੰਦੀ ਦਾ ਸ਼ਿਕਾਰ ਹੋ ਗਿਆ ਸੁਖਨੈਬ ਜੀ ਪਰਸੋਂ ਨੂੰ ਯਾਨੀ ਕਿ 3 ਤਰੀਕ ਨੂੰ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੰਤਰ ਮੰਤਰ ਦੇ ਉੱਤੇ ਰੋਸ ਪ੍ਰਦਰਸ਼ਨ ਰੱਖਿਆ ਆਪਾਂ ਵੈਸੇ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਹਰ ਇੱਕ ਅਕਾਲੀਆਂ ਨੇ ਆਪਣੇ MLA ਦੀ ਡਿਊਟੀ ਲਾਈ ਹੈ ਹਲਕਾ ਇੰਚਾਰਜਾਂ ਦੀ ਡਿਊਟੀ ਲਾਈ ਹੈ ਕਿ ਇੱਕ ਇੱਕ ਬੱਸ ਆਪੋ ਆਪਣੇ ਹਲਕੇ ਦੇ ਵਿੱਚੋਂ ਭਰ ਕੇ ਲਿਆਉਣੀ ਹੈ ਤੇ ਕੱਲ ਯਾਨੀ ਕਿ 2 ਨਵੰਬਰ ਸ਼ਾਮ ਨੂੰ 7 ਵਜੇ ਕੁਝ ਨੇ ਅੰਮ੍ਰਿਤਸਰੋਂ ਕੁਝ ਨੇ ਆਨੰਦਪੁਰ ਸਾਹਿਬ ਤੋਂ ਤੇ ਕੁਝ ਨੇ ਤਲਵੰਡੀ ਸਾਬੋ ਤੋਂ ਚੱਲਣਾ ਹੈ ਦਿੱਲੀ ਵੱਲੋਂ ਕੂਚ ਕਰਨਾ ਹੈ ਉਧਰਲੇ ਪਾਸੇ ਨੂੰ ਕਿ ਭਾਈ ਆਪਾਂ ਜਾ ਕੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਤੇ ਇਨਸਾਫ ਮੰਗੀਏ ਜੀ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਭਾਈ ਉਹ ਇਨਸਾਫ਼ ਕਿਹਦੇ ਤੋਂ ਮੰਗਣਾ ਕੇਂਦਰ ਦੀ ਸਰਕਾਰ ਤੋਂ ਮੰਗਣਾ ਸਰਕਾਰ ਤਾਂ ਆਪਣੀ ਹੈ ਪਰ ਚਲੋ ਸਰਕਾਰ ਜਿਹਦੀ ਮਰਜ਼ੀ ਹੋਵੇ ਉਹ ਕਹਿੰਦੇ ਧਰਨਾ ਤਾਂ ਲੱਗੂ ਭਾਈ ਧਰਨਾ ਲਾ ਲਓ
ਐਤਕੀ ਧਰਨੇ ਦੇ ਵਿੱਚ ਦਿੱਲੀ ਦੇ ਲੋਕ ਕਿੰਨੇ ਕਹਾਉਣਗੇ, ਸੰਗਤ ਕਿੰਨੀ ਕਹਾਊ, ਅਕਾਲੀ ਦਲ ਦੇ ਵਰਕਰ ਕਿੰਨੇ ਕਹਾਉਣਗੇ, ਇਹ ਇੱਕ ਬਹੁਤ ਵੱਡਾ ਸਵਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਹਮਣੇ ਖੜਾ ਹੋ ਗਿਆ, ਤੇ ਉਹ ਵੀ ਇਸ ਕਰਕੇ ਕਿਉਂਕਿ ਇਹ ਨਵੰਬਰ ਮਹੀਨਾ ਉਸ ਵੇਲੇ ਆ ਗਿਆ ਜਦੋਂ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਦੇ ਵਿਚਾਲੇ ਆਪਸ ਦੇ ਵਿੱਚ ਇੱਕੋ ਪਾਰਟੀ ਚ ਹੋਣ ਦੇ ਬਾਵਜੂਦ ਸਿਆਸੀ ਤੌਰ ਤੇ ਡਾਂਗ ਖੜਕੀ ਵਾ, ਤੇ ਦੋਵਾਂ ਦਾ ਧਿਆਨ ਇਸ ਗੱਲ ਦੇ ਵੱਲ ਘੱਟ ਹੈ ਕਿ 3 ਨਵੰਬਰ ਨੂੰ ਦਿੱਲੀ ਤੋਂ ਕਿੰਨੀ ਕੁ ਸੰਗਤ ਜਿਹੜੀ ਹੈ ਜੰਤਰ ਮੰਤਰ ਅੱਗੇ ਪ੍ਰਦਰਸ਼ਨ ਕਰਨ ਜਾ ਰਹੀ ਹੈ। ਇਸ ਗੱਲ ਦੇ ਵੱਲ ਵੱਧ ਹੈ ਕਿ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਹੈਲੋ ਜੀ, ਕਿਉਂਕਿ ਸਾਡੇ ਕੋਲ ਚਲੋ ਖੈਰ ਚੌਹਾਨ ਸਾਹਿਬ ਇੱਕ $100 ਦੀ ਬੇਨਤੀ ਕਰਕੇ ਗਏ, ਬੇਨਤੀ ਮੰਨ ਕੇ ਗਏ ਆ, ਸਾਨੂੰ ਕੰਟੈਕਟ ਕਰ ਲਿਓ ਜੀ, ਤੁਸੀਂ ਆਪਣੀ ਡਿਟੇਲ ਭੇਜ ਦਿਓ, ਬਹੁਤ ਧੰਨਵਾਦ ਜੀ। ਵੜ ਸਾਹਿਬ ਜੀ, ਮੈਂ ਗੱਲ ਕਰ ਰਿਹਾ ਸੀ ਇਸ ਵੇਲੇ ਅਕਾਲੀ ਦਲ ਦੀ ਕਿ ਉੱਥੇ ਦੋਵੇਂ ਧਿਰਾਂ ਆਪਸ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਨ ਦੇ ਵਿੱਚ ਲੱਗੀਆਂ ਹੋਈਆਂ, ਇਸੇ ਕਰਕੇ ਅਕਾਲੀ ਦਲ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਹਾਈਕਮਾਂਡ ਨੂੰ ਚਿੰਤਾ ਪੈਦਾ ਹੋ ਗਈ ਕਿ ਭਾਈ ਉੱਥੇ ਇਕੱਠ ਮੱਠ ਪੱਕਾ ਹੋ ਜੂ, ਕਿਉਂਕਿ 3000 ਬੰਦੇ ਦਾ ਪ੍ਰਬੰਧ ਤਾਂ ਇਹਨਾਂ ਨੇ ਪੰਜਾਬ ਦੇ ਵਿੱਚੋਂ ਕੀਤਾ ਕਿ ਭਾਈ ਇੰਨੇ ਕੁ ਆਪਾਂ ਇੱਥੋਂ ਲੈ ਕੇ ਜਾਣੇ ਆ, ਰੌਣਕ ਕਰ ਦੇਣੀ ਹੈ, ਜਿਹਦੇ ਨਾਲ ਕਿ ਦਬਾਅ ਪੈ ਸਕੇ ਕਿ ਭਾਈ ਅਕਾਲੀ ਦਲ ਦੇ ਕੋਲ ਅੱਜ ਵੀ ਸਿਆਸੀ ਤੌਰ ਦੇ ਉੱਤੇ ਤਾਕਤ ਬਥੇਰੀ ਹੈ। ਪਰ ਦੂਸਰੇ ਪਾਸੇ ਅੱਜ ਅਚਾਨਕ ਅੰਮ੍ਰਿਤਸਰ ਦੇ ਵਿੱਚ 2 ਰੋਜ਼ਾ ਧਰਨਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼ੁਰੂ ਕਰ ਦਿੱਤਾ, ਤੇ ਜਿਹੜਾ 2 ਰੋਜ਼ਾ ਧਰਨਾ ਇਹਦੇ ਵਿੱਚ ਅੱਜ 24 ਘੰਟਿਆਂ ਦੇ ਲਈ ਖੁਦ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਆ, ਸਵੇਰ ਦੇ ਜਾ ਕੇ ਬੈਠੇ ਆ ਤੇ ਉਹਨਾਂ ਨੇ ਕੱਲ ਸਵੇਰ ਤੱਕ ਰਹਿਣਾ। ਕੱਲ ਨੂੰ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਗਲੇ 24 ਘੰਟਿਆਂ ਦੇ ਲਈ ਡਿਊਟੀ ਉਹਨਾਂ ਦੀ ਕਿ ਭਾਈ ਤੁਸੀਂ ਬੈਠੋ ਤੇ ਇਹ ਧਰਨਾ ਹੈ ਕਾਹਦੇ ਲਈ। ਇਹ ਧਰਨਾ 3 ਮੁੱਦਿਆਂ ਦੇ ਉੱਤੇ ਕਾਂਗਰਸ ਪਾਰਟੀ ਦੇ ਦੋਸ਼ ਲਾਏ ਗਏ ਨੇ। ਪਹਿਲਾ ਦੋਸ਼ ਉਹ ਕਹਿੰਦੇ ਜੀ ਦੇਖੋ ਆ ਜਿਹੜਾ ਵਿਰਾਸਤੀ ਮਾਰਗ ਅਸੀਂ ਬਣਾਇਆ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦਾ ਉਹਦੇ ਪ੍ਰਤੀ ਕਾਂਗਰਸ ਪਾਰਟੀ ਦੀ ਸਰਕਾਰ ਬਿਲਕੁਲ ਸਿਰਦ ਨਹੀਂ, ਉਹਦੀ ਜਖੜਾ ਪੜਤੀ। ਦੂਸਰੇ ਪਾਸੇ ਉਹ ਕਹਿੰਦੇ ਸਿੱਖ ਇਤਿਹਾਸ ਦੇ ਨਾਲ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਛੇੜਖਾਨੀ ਕੀਤੀ ਹੈ, ਤੇ ਨਾਲ ਦੀ ਨਾਲ ਅੱਜ ਤੱਕ ਕਹਿੰਦੇ 1984 ਦੇ ਦੁਖਾਂਤ ਪੀੜਤਾਂ ਨੂੰ, ਕਤਲੇਆਮ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਉਸ ਵੇਲੇ ਵੀ ਕਾਂਗਰਸ ਦੀ ਸਰਕਾਰ ਸੀ। ਸੋ 3 ਮੁੱਦਿਆਂ ਨੂੰ ਲੈ ਕੇ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਧਰਨਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕਰ ਲਿਆ, ਤੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ, ਤੇ ਫਿਰ ਪੈਦਲ ਭਾਈ ਗੁਰਦਾਸ ਸਾਹਿਬ ਦੇ ਨੇੜੇ ਧਰਨੇ ਤੇ ਪੁੱਜੇ, ਤੇ ਇੱਥੇ ਭਾਈ ਮਨਜੀਤ ਸਿੰਘ ਹੋਰੀ ਵੀ ਆਏ ਸੀ, ਉਹੀ ਮਨਜੀਤ ਸਿੰਘ ਜਿਹੜੇ ਪਹਿਲਾਂ ਗੁੱਸੇ ਸੀ। 35 ਮਿੰਟਾਂ ਦੀ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਮੁਲਾਕਾਤ ਨੇ ਉਹਨਾਂ ਦਾ ਰੁੱਸਾ ਤੇ ਗੁੱਸਾ ਜਿਹੜਾ ਉਹ ਦੂਰ ਕਰ ਦਿੱਤਾ। ਸੋ ਵੇਖਦੇ ਹਾਂ ਕਿ ਪੰਥਕ ਮੁੱਦਿਆਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਸਰਗਰਮੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮੌਜੂਦਾ ਸੰਕਟ ਦੇ ਵਿੱਚੋਂ ਬਾਹਰ ਕਿੰਨਾ ਕੱਢਦੀ ਹੈ ਜੀ। ਵਰ ਸਾਹਿਬ ਹੁਣ ਇੱਕ ਆਪਾਂ ਅਫੀਸ਼ੀਅਲ ਬ੍ਰੇਕ ਲੈ ਲਈਏ ਜੀ, ਫਿਰ ਗੱਡੀ ਗੇਅਰ ਚ ਰੱਖਦੇ ਜੀ। ਮੇਰੀ ਆਵਾਜ਼ ਨਾ ਸੋਨੂੰ ਸੁਣਦੀ ਸੀਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਸਾਰੇ ਸੱਜਣਾਂ ਦਾ ਫੇਰ ਸਵਾਗਤ। ਸੋ ਹੁਣ ਮਿੱਤਰੋ ਕੋਈ ਸਵਾਲ ਤੁਹਾਡਾ ਹੋਵੇ ਤਾਂ ਤੁਸੀਂ ਵਟਸਐਪ ਨੂੰ ਪੁੱਛ ਸਕਦੇ ਹੋ, ਕੁਝ ਖਬਰਾਂ ਦੇ ਉੱਤੇ ਅਸੀਂ ਨਾਲ ਨਾਲ ਗੱਲ ਵੀ ਕਰਦੇ ਰਹਾਂਗੇ, ਤੇ ਤੁਸੀਂ ਡੋਨੇਸ਼ਨ ਦੇ ਰੂਪ ਦੇ ਵਿੱਚ ਜੋ ਸਹਿਯੋਗ ਦੇਣਾ ਉਹ ਵੀ ਜਲਦੀ ਕਾਲ ਦੇ ਵਿੱਚ ਦੇ ਸਕਦੇ ਹੋ। ਮਾਨ ਸਾਹਿਬ ਆਹ ਦੱਸਿਓ ਕੀ ਮਸਲਾ ਹੋਇਆ ਪਿਆ, ਜੀ ਕੇ ਹੋਰਾਂ ਦੀ ਮਾਨ ਦੇ ਨਾਲ ਤਸਵੀਰ ਹੈ, ਚਰਚਾ ਦੇ ਵਿੱਚ ਬਹੁਤ ਹੈ। ਸੁਖਨੈਬ ਜੀ, ਜੇ ਇੱਕ ਪਾਸੇ ਵੇਖੀਏ ਤਾਂ ਇਹ ਕੋਈ ਗੱਲ ਹੀ ਨਹੀਂ, ਕਿਉਂਕਿ ਜੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਵੀ ਵੱਡਾ ਲੀਡਰ ਆਏਗਾ ਸਿੱਖ ਭਾਈਚਾਰੇ ਦਾ ਤਾਂ ਉਹਦਾ ਵੀ ਸਵਾਗਤ ਉੱਥੇ ਕਰ ਦਿੱਤਾ ਜਾਊਗਾ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਚਲੇ ਗਏ, ਪ੍ਰਧਾਨ ਸਾਹਿਬ ਨੇ ਉੱਥੋਂ ਦੇ ਜੀਕੇ ਸਾਹਿਬ ਜੀ ਉਹਨਾਂ ਨੇ ਸਨਮਾਨਿਤ ਕਰ ਦਿੱਤਾ ਤਾਂ ਫਿਰ ਵੀ ਕੋਈ ਵੱਡੀ ਗੱਲ ਨਹੀਂ। ਪਰ ਇੱਕ ਦੋ ਚੀਜ਼ਾਂ ਹੋ ਰਹੀਆਂ ਜਿਹਦੇ ਕਰਕੇ ਇਹ ਗੱਲ ਫਿਰ ਸਧਾਰਨ ਨਹੀਂ ਰਹੀ। ਉਹ ਚੀਜ਼ਾਂ ਕਿਹੜੀਆਂ ਹੋਈਆਂ ਜੀ? ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਸਿਮਰਨਜੀਤ ਸਿੰਘ ਮਾਨ ਸਾਹਿਬ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਅੰਮ੍ਰਿਤਸਰ ਦੇ, ਉਹਦੇ ਤੋਂ ਬਾਅਦ ਉਹ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਨੇ, ਤੇ ਭਾਵੇਂ ਅਕਾਲੀ ਦਲ ਬਾਦਲ ਦੇ ਨਾਲ ਉਹਨਾਂ ਦੀ ਵਿਚਾਰਧਾਰਕ ਕੋਈ ਸਾਂਝ ਨਹੀਂ, ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦੀਆਂ ਰਹਿੰਦੀਆਂ, ਪਰ ਇਹਦੇ ਬਾਵਜੂਦ ਕੋਈ ਬੰਦਾ ਇਸ ਗੱਲ ਤੋਂ ਇਨਕਾਰੀ ਥੋੜੀ ਹੈ ਕਿ ਸਿਮਰਨਜੀਤ ਸਿੰਘ ਮਾਨ ਭਾਈ ਸਿੱਖਾਂ ਦੇ ਲੀਡਰ ਨੇ ਜੀ। ਲੀਡਰ ਤਾਂ ਉਹ ਹੈਗੇ ਆ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਗਏ, ਜੀ ਕੇ ਸਾਹਿਬ ਨੇ ਉਹਨਾਂ ਨੂੰ ਸਨਮਾਨਿਤ ਕੀਤਾ, ਤੇ ਉਹਦੇ ਤੋਂ ਅਗਲੀ ਗੱਲ ਜਿਹੜੀ ਹੈ ਜੀ ਉਹ
ਹਾਂਜੀ ਸਵਾਗਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਤੇ ਬਾਦ ਸਾਹਿਬ ਨੂੰ ਸਤਿ ਸ੍ਰੀ ਅਕਾਲ ਤੇ ਐਜ ਯੂਜੁਅਲ ਬਹੁਤ ਸੋਹਣਾ ਬਾਦ ਸਾਹਿਬ ਦਾ ਕੰਮ ਬੜੀ ਸੋਹਣੀ ਰਿਪੋਰਟਿੰਗ ਮਜ਼ਾ ਆ ਗਿਆ ਤੇ ਮੇਰੇ ਵੱਲੋਂ ਵੀ ਥੋੜੀ ਜਿਹੀ ਜਿਹੜੀ ਬਿਲਕੁਲ ਪੇਟਾ ਲੈ ਲਓ ਤੁਸੀਂ ਜੀ ਦੇਵਾਂ ਤੁਹਾਨੂੰ ਕਾਰਡ ਕੇ ਤੁਸੀਂ ਆਫਿਸ ਕਾਰਡ ਨੰਬਰ ਦੇਣ ਲੱਗੇ ਹੋ ਕਾਰਡ ਨੰਬਰ ਤੁਸੀਂ ਮੈਨੂੰ ਇਨਬੋਕਸ ਦੇ ਦਿਓ ਜੀ ਇੱਥੇ ਦੱਸ ਦਿਓ ਕਿੰਨਾ ਦੇ ਰਹੇ ਹੋ ਠੀਕ ਹੈ ਮੈਂ ਤੁਹਾਨੂੰ ਜੀ ਬਹੁਤ ਮਿਹਰਬਾਨੀ ਜਗਦੀਪ ਬਾਈ ਜੀ ਮੁੰਡਿਆ ਫਰੀਦਕੋਟ ਗਿਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਬਾਈ ਜੀ ਬਹੁਤ ਧੰਨਵਾਦ ਸੋ ਬਾਈ ਜਗਦੀਪ ਹੋਰਾਂ ਨੇ $100 USD ਜੀ ਵਟਸਐਪ ਪਲੀਜ਼ ਕੈਰੀ ਓਨ ਸੁਖਨਾਥ ਜੀ ਮੈਂ ਗੱਲ ਕਰ ਰਿਹਾ ਸੀ ਕਿ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਉਹ ਸਨਮਾਨ ਕਰਦਿਆਂ ਦੀ ਆਪਣੀ ਤੇ ਮਾਨ ਸਾਹਿਬ ਦੀ ਫੋਟੋ ਖੁਦ ਆਪਣੀ ਫੇਸਬੁੱਕ ਦੇ ਉੱਤੇ ਅਪਲੋਡ ਕੀਤੀ ਇੱਥੇ ਕੰਮ ਜਿਹੜਾ ਆ ਕੇ ਕਿਤੇ ਨਾ ਕਿਤੇ ਹੁੰਦਾ ਉਹਦੇ ਤੋਂ ਬਾਅਦ ਮਨਜੀਤ ਸਿੰਘ ਜੀ ਕੇ ਸਾਹਿਬ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਵੱਡੇ ਲੀਡਰ ਨੇ ਉਹ ਕਹਿੰਦੇ ਜੀ ਮੈਨੂੰ ਸਿਮਰਨਜੀਤ ਸਿੰਘ ਮਾਨ ਹੋਰੀ ਬਰਗਾੜੀ ਮੋਰਚੇ ਦੇ ਵਿੱਚ ਆਉਣ ਦਾ ਸੱਦਾ ਦੇ ਕੇ ਗਏ ਆ ਤੇ ਮੈਂ ਸੱਦਾ ਪ੍ਰਵਾਨ ਕਰ ਲਿਆ ਤੇ ਮੈਂ ਬੜੀ ਛੇਤੀ ਬਰਗਾੜੀ ਵਾਲੇ ਮੋਰਚੇ ਦੇ ਵਿੱਚ ਜਾਊਂਗਾ ਤੇ ਉੱਥੇ ਜਾ ਕੇ ਮੈਂ ਇਸ ਗੱਲ ਦੇ ਹੱਕ ਚ ਖੜੂੰਗਾ ਕਿ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹਨਾਂ ਨੇ ਕੀਤੀ ਆ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਮੈਂ ਤਾਂ ਕਹਿੰਦੇ ਪਹਿਲੇ ਦਿਨ ਤੋਂ ਹੱਕ ਚ ਖੜਾਂ ਇਹ ਸਾਰੀਆਂ ਗੱਲਾਂ ਜੀ ਕੇ ਸਾਹਿਬ ਨੇ ਕਦੋਂ ਕੀਤੀਆਂ ਉਦੋਂ ਕੀਤੀਆਂ ਜਦੋਂ ਜੀ ਕੇ ਸਾਹਿਬ ਇੱਕ ਵਾਰੀ ਆਪਣੀਆਂ ਪਾਵਰਾਂ ਸੱਜੇ ਖੱਬੇ ਕਰ ਚੁੱਕੇ ਆ ਕਿ ਭਾਈ ਮੈਂ ਸੀਨੀਅਰ ਵਿੱਚ ਪ੍ਰਧਾਨ ਨੂੰ ਦਿੰਦਾ ਇਹ ਗੱਲਾਂ ਉਦੋਂ ਕੀਤੀਆਂ ਜਦੋਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਤੇ ਜੀ ਕੇ ਸਾਹਿਬ ਦੇ ਦਰਮਿਆਨ ਦਰਾੜ ਵਧੀ ਜਾਂਦੀ ਹੈ ਇਹ ਗੱਲਾਂ ਉਦੋਂ ਕੀਤੀਆਂ ਜਦੋਂ ਰੌਲਾ ਰੱਪਾ ਪੈਂਦਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਕਿਤੇ ਨਾ ਕਿਤੇ ਅਕਾਲੀ ਦਲ ਵੱਧ ਤਰਜੀਹ ਦੇ ਰਿਹਾ ਤੇ ਜੇ ਕਿਤੇ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਕੰਮਕਾਰ ਅਕਾਲੀ ਦਲ ਬਾਦਲ ਦੇ ਵਿੱਚੋਂ ਸਮੇਟ ਲਿਆ ਤਾਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇੱਕ ਬਹੁਤ ਵੱਡਾ ਝਟਕਾ ਲੱਗੇਗਾ ਐਂ ਵੀ ਕਹਿ ਸਕਦੇ ਹਾਂ ਕਿ ਨਾ ਪੂਰਾ ਹੋਣ ਵਾਲਾ ਘਾਟਾ ਵੀ ਪੈ ਸਕਦਾ ਵੇਖਦੇ ਹਾਂ ਕਿ ਇੱਕ ਸਨਮਾਨ ਇੱਕ ਫੋਟੋ ਤੇ ਇੱਕ ਕਬੂਲਿਆ ਹੋਇਆ ਸੱਦਾ ਦਿੱਲੀ ਦੀ ਪੰਥਕ ਰਾਜਨੀਤੀ ਨੂੰ ਗੇੜਾ ਕਿੰਨਾ ਕੁ ਦਿੰਦਾ ਹੈ ਜੀ ਤੇ ਇਧਰੋਂ ਕਹਿੰਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਲਈ ਵੀ ਤਿਆਰੀ ਹੋ ਸਕਦੀ ਹੈ ਸੁਖਨਾਥ ਜੀ ਤਕਰੀਬਨ ਮਸਲਾ ਤੈਅ ਹੋ ਚੁੱਕਿਆ ਜੇ ਬਹੁਤ ਵੱਡਾ ਕੋਈ ਰੌਲਾ ਪੈ ਕੇ ਤਬਦੀਲੀ ਨਾ ਹੋਈ ਤਾਂ ਇਹ ਫੈਸਲਾ ਹੋ ਗਿਆ ਤਕਰੀਬਨ ਕਿਉਂਕਿ ਕਾਂਗਰਸ ਪਾਰਟੀ ਇੱਕ ਵਾਰੀ ਫਿਰ ਇੱਕ ਵਿਅਕਤੀ ਇੱਕ ਅਹੁਦਾ ਜਾਂ ਇੱਕ ਪਰਿਵਾਰ ਇੱਕ ਟਿਕਟ ਵਾਲੇ ਮਸਲੇ ਤੇ ਆਉਣ ਜਾ ਰਹੀ ਹੈ ਲੋਕ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਇੱਕ ਇੱਕ ਚੀਜ਼ ਦੇ ਲਈ ਇੱਕ ਇੱਕ ਟਿਕਟ ਦੇ ਲਈ ਇੱਕ ਇੱਕ ਸੀਟ ਦੇ ਲਈ ਕਈ ਕਈ ਬੰਦੇ ਦਾਅਵੇਦਾਰ ਨੇ ਤੇ ਉਹਨਾਂ ਨੇ ਫਿਰ ਫਾਰਮੂਲਾ ਲੈਣ ਦਾ ਹੁਣ ਜਾਖੜ ਸਾਹਿਬ ਨੂੰ ਵੀ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਆਪਸ਼ਨ ਦਿੱਤੀ ਹੈ ਕਿ ਤੁਸੀਂ ਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਾ ਚਾਹੁੰਦੇ ਹੋ ਤਾਂ ਪ੍ਰਧਾਨ ਬਣ ਜਾਓ ਜੇ ਤੁਸੀਂ 2019 ਦੇ ਵਿੱਚ MP ਬਣਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡਣੀ ਪਏਗੀ ਤੁਸੀਂ ਕਿਹੜੀ ਚੀਜ਼ ਛੱਡਣੀ ਹੈ ਆਪ ਡਿਸਾਈਡ ਕਰ ਲਓ ਫੈਸਲਾ ਆਪ ਲੈ ਲਓ ਇਹ ਵੀ ਪਤਾ ਲੱਗਾ ਕਿ ਜਾਖੜ ਸਾਹਿਬ ਨੇ ਕਹਿ ਤਾ ਕਿ ਮੈਂ ਪ੍ਰਧਾਨਗੀ ਛੱਡਣ ਦੇ ਲਈ ਤਿਆਰ ਹਾਂ ਵੈਸੇ ਇਹ ਜਾਖੜ ਸਾਹਿਬ ਇਕੱਲੇ ਨਹੀਂ ਹੈਗੇ ਜੀ ਕੁੱਲ ਮਿਲਾ ਕੇ ਪੰਜਾਬ ਸਮੇਤ 5 ਸੂਬੇ ਨੇ ਜਿੱਥੋਂ ਦੇ ਕਾਂਗਰਸੀ ਪ੍ਰਧਾਨਾਂ ਨੇ ਕਿਹਾ ਕਿ ਅਸੀਂ ਲੋਕ ਸਭਾ ਦੀ ਚੋਣ ਲੜਨ ਨੂੰ ਤਰਜੀਹ ਦੇਵਾਂਗੇ ਸੂਬਾ ਕਾਂਗਰਸ ਦੇ ਪ੍ਰਧਾਨ ਬਣਦੇ ਨਾਲੋਂ ਸੋ 5 ਸੂਬਿਆਂ ਦੇ ਪ੍ਰਧਾਨ ਕਿਸੇ ਵੀ ਵੇਲੇ ਰਾਹੁਲ ਗਾਂਧੀ ਹੋਰਾਂ ਦੀ ਇੱਕ ਚਿੱਠੀ ਤੋਂ ਬਾਅਦ ਤਬਦੀਲ ਕੀਤੇ ਜਾ ਸਕਦੇ ਆ ਦੂਸਰੀ ਗੱਲ ਜੇ ਜਾਖੜ ਸਾਹਿਬ ਦੀ ਬਦਲੀ ਹੁੰਦੀ ਹੈ ਜੇ ਉਹਨਾਂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਉਹਨਾਂ ਦੀ ਸਹਿਮਤੀ ਨਾਲ ਲਾਂਭੇ ਕੀਤਾ ਜਾਂਦਾ ਤੇ ਨਵਾਂ ਪ੍ਰਧਾਨ ਹੋਏਗਾ ਕੌਣ ਇੱਕ ਚਰਚਾ ਚੱਲਦੀ ਹੈ ਜੀ ਬਾਜਵਾ ਸਾਹਿਬ ਨੂੰ ਬਣਾ ਦੇਣਾ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਜਦੋਂ ਬਾਜਵਾ ਸਾਹਿਬ ਪਹਿਲਾਂ ਕਾਂਗਰਸ ਦੇ ਪ੍ਰਧਾਨ ਬਣੇ ਸੀ ਉਦੋਂ ਤਾਂ ਕਪਤਾਨ ਸਾਹਿਬ ਨੇ ਕਈ ਵਾਰੀ ਕਹਿ ਤਾ ਸਿੱਧਾ ਕਿ ਮੈਂ ਬਾਜਵੇ ਨੂੰ ਪ੍ਰਧਾਨ ਨਹੀਂ ਬਣਦਾ ਜੀ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਕੰਮ ਨਹੀਂ ਕਰਨਾ ਤੇ ਬਾਜਵਾ ਸਾਹਿਬ ਨੂੰ ਲਾਹ ਕੇ ਹੇਠੇ ਸੀ ਹੁਣ ਇੱਕ ਵਾਰੀ ਫਿਰ ਮੈਨੂੰ ਲੱਗਦਾ ਕਿ ਹਾਈਕਮਾਂਡ ਇਹ ਗਲਤੀ ਨਹੀਂ ਕਰੇਗੀ ਨਹੀਂ ਤਾਂ ਫਿਰ ਰਾਹ ਬਹੁਤ ਪੈ ਜੂ ਦੂਸਰਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਮਸਲਾ ਹੈ ਕਿ ਬੈਲੈਂਸ ਪਾ ਕੇ ਚੱਲਣ ਦੀ ਕੋਸ਼ਿਸ਼ ਹੋਏਗੀ ਹੁਣ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਕਿਸੇ ਵੱਡੇ ਲੀਡਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਤੇ ਵਿੱਚ ਵਿਚਾਲੇ ਪਤਾ ਲੱਗਿਆ ਕਿ ਡਾਕਟਰ ਰਾਜ ਕੁਮਾਰ ਵੇਰਕਾ ਜਿਹੜੇ ਕਿ ਮੌਜੂਦਾ MLA ਵੀ ਨੇ ਉਹਨਾਂ ਦੇ ਨਾਂ ਦੇ ਉੱਤੇ ਗੁਣਾ ਪੈ ਸਕਦਾ ਕਿਉਂਕਿ ਡਾਕਟਰ ਰਾਜ ਕੁਮਾਰ ਵੇਰਕਾ ਮੰਤਰੀ ਬਣਨ ਦੀ ਕਤਾਰ ਵਾਲਿਆਂ ਦੇ ਵਿੱਚ ਵੀ ਸਭ ਤੋਂ ਮੋਹਰਲੀਆਂ ਸੀ ਪਰ ਇਹਨਾਂ ਆਖਰੀ ਮੌਕੇ ਤੇ ਆ ਕੇ ਉਹਨਾਂ ਦਾ ਨਾਮ ਕੱਟਿਆ ਗਿਆ ਪਰ ਡਾਕਟਰ ਰਾਜ ਕੁਮਾਰ ਵੇਰਕਾ ਇੱਕ ਤਾਂ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਆ
ਦੂਸਰਾ ਕਪਤਾਨ ਸਾਹਿਬ ਦੇ ਨਾਲ ਬਹੁਤ ਜੁੜੇ ਹੋਏ ਨੇ, ਇਸ ਕਰਕੇ ਜੇ ਜਾਖੜ ਸਾਹਿਬ ਤੋਂ ਕੁਰਸੀ ਲਈ ਗਈ ਤਾਂ ਡਾਕਟਰ ਰਾਜਕੁਮਾਰ ਵੇਰਕਾ ਹੋਰਾਂ ਦੇ ਉੱਤੇ ਗੁਣਾ ਪੈਣ ਦੀ ਸਭ ਤੋਂ ਵੱਧ ਸੰਭਾਵਨਾ ਹੈ ਜੀ। ਮਾਨ ਸਾਹਿਬ ਇੱਕ ਸਰੋਤਿਆਂ ਦਾ ਮੈਸੇਜ ਆਇਆ, ਮੈਨੂੰ ਬੜਾ ਚੰਗਾ ਲੱਗਿਆ ਬਾਈ ਜੀ, ਇਹ ਉਹ ਨੇ ਆਪਾਂ ਸ਼ਾਇਦ ਤੁਸੀਂ ਵੀ ਕੀਤੀ ਹੋਵੇ ਖਬਰ, ਉਹ ਰੇਡੀਓ ਤੇ ਮੈਂ ਲੈ ਕੇ ਆਇਆ ਸੀ ਇਹਨਾਂ ਨੂੰ ਕਿ ਆਪਣੇ ਭਾਖੜਾ ਨਹਿਰ ਦੇ ਵਿਚ ਕੋਈ ਬੜੇ ਸੋਹਣੇ ਜਿਹੜੇ ਘੋੜੇ ਉਹ ਸੁੱਟ ਰਿਹਾ ਸੀ, ਉਹ ਬਣੇ ਹੋਏ ਸੀਗੇ ਆਪਣੇ ਚਮੜੇ ਦੇ, ਬੜਾ ਵਧੀਆ ਲੈਦਰ ਲੱਗਿਆ ਹੋਇਆ ਸੀ, ਇਹਨਾਂ ਨੇ ਦੇਖਿਆ ਸੀਗਾ ਤੇ ਉਹਨੂੰ ਵੀ ਗਾਹਾਂ ਵਾਲੇ ਨੂੰ ਪੈਸੇ ਦਿੱਤੇ ਸੀ ਕਿ ਆਹ ਚੱਕ ਯਾਰ 100 ਰੁਪਈਆ ਤੂੰ ਕੱਢ ਕੇ ਦੇ ਦੇ ਸਾਨੂੰ, ਵੀ ਤੇਰਾ ਤਾਂ ਢਾਲਾ ਲੈ ਗਿਆ ਸਾਨੂੰ ਚੱਕ ਲੈਂਦੇ। ਉਹ ਬੜੀ ਵਧੀਆ ਗੱਲ ਸੀ ਕਿ ਚਲੋ ਯਾਰ ਸੰਭਾਲ ਕੇ ਰੱਖੀ ਚੀਜ਼। ਉਹ ਅੱਜ ਕਹਿੰਦੇ ਮੈਂ ਆਪਦੀ ਪਹੁੰਚ ਦੇ ਹਿਸਾਬ ਦੇ ਨਾਲ 500 ਰੁਪਏ ਦਾ ਯੋਗਦਾਨ ਪਾ ਸਕਦਾ ਤੇ ਚੰਨ ਪ੍ਰਦੇਸੀ ਏਦਾਂ ਹੀ ਨਿਰਪੱਖ ਬੋਲਦਾ ਰਹੇ, ਹੋਰ ਬੁਲੰਦੀਆਂ ਛੂਹੇ, ਮੈਨੂੰ ਉਮੀਦ ਹੈ ਟੀਮ ਸਰੋਤਿਆਂ ਦੀਆਂ ਉਮੀਦਾਂ ਤੇ ਏਦਾਂ ਹੀ ਖਰਾ ਉਤਰਦੀ ਰਹੇਗੀ। ਸੱਤੇ ਖੈਰਾਂ ਤੁਹਾਡਾ ਚਹੇਤਾ ਪਿੰਡ ਝੱਲ ਤੋਂ। ਸੋ ਬਾਈ ਜਦਵਿੰਦਰ ਬਹੁਤ ਧੰਨਵਾਦ ਤੁਹਾਡਾ, 500 ਰੁਪਈਆ ਵੀ ਬਹੁਤ ਹੁੰਦਾ ਕਿਉਂਕਿ ਇੱਥੇ ਆਪਣੇ ਮੁਲਕ ਦੇ ਵਿਚ ਜਦੋਂ 300 ਰੁਪਇਆ ਦਿਹਾੜੀ ਮਿਲਦੀ ਹੋਵੇ ਉੱਥੇ 500 ਲਾਉਣਾ ਛੋਟੀ ਗੱਲ ਨਹੀਂ ਹੁੰਦੀ। ਸੋ ਅਗਲੀਆਂ ਗੱਲਾਂ ਕਰੀਏ ਜੀ ਵਟਸਐਪ ਆਪਾਂ ਜੀ। ਸੁਖਨਾਬ ਜੀ ਮੈਂ ਇੱਥੇ ਥੋੜਾ ਜਿਹਾ ਅੱਧੇ ਮਿੰਟ ਲਈ ਆਪਣੀ ਗੱਲ ਜ਼ਰੂਰ ਕਰਨੀ ਚਾਹਾਂਗਾ। ਮਸਲਾ ਮੈਨੂੰ ਲੱਗਦਾ ਕਿ ਇਸ ਵੇਲੇ ਇਹ ਵੀ ਨਹੀਂ ਹੈ ਕਿ ਕਿੰਨੀ ਡੋਨੇਸ਼ਨ ਇਸ ਵੇਲੇ ਆਉਂਦੀ ਹੈ, ਸਭ ਤੋਂ ਵੱਡਾ ਮਸਲਾ ਕਿ ਕਿੰਨੇ ਜਾਣਿਆਂ ਤੋਂ ਆਉਂਦੀ ਹੈ ਜੀ। ਮਸਲਾ ਇਹ ਨਹੀਂ ਕਿ 70 ਰੁਪਇਆ ਦਿੰਦਾ ਜਾਂ 100 ਰੁਪਇਆ ਦਿੰਦਾ, ਘੱਟੋ ਘੱਟ ਫਿਰ ਐਂ ਅਹਿਸਾਸ ਹੁੰਦਾ ਕਿ ਨਹੀਂ ਭਾਈ ਆਪਾਂ ਸਾਰੇ ਇਕੱਠੇ ਹੈਗੇ ਹਾਂ। ਮਸਲਾ 500 ਦਾ ਜਾਂ 100 ਜਾਂ 1000 ਦਾ ਜਾਂ ਡਾਲਰਾਂ ਦਾ ਨਹੀਂ ਹੈ, ਇਹਦੇ ਨਾਲ ਦੇਖੋ ਇੱਕ 500 ਦੇ ਨਾਲ ਹੌਸਲਾ ਕਿੰਨਾ ਵੱਧਦਾ, ਉਹਨਾਂ ਦੀ ਸ਼ਬਦਾਵਲੀ ਵੀ ਬੜੀ ਵਧੀਆ ਹੈ ਤੇ ਉਮੀਦ ਕਰਦੇ ਹਾਂ ਕਿ ਭਾਈ ਭਾਰਤ ਦੇ ਵਿੱਚੋਂ ਵੀ ਤੇ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਜਿਹੜਾ ਵਸਦਾ ਆਪਾਂ ਨੂੰ ਸੁਣਦਾ, ਪਰਿਵਾਰ ਆਪਣਾ ਸਾਰਿਆਂ ਦਾ ਹੈਗਾ, ਇਕੱਠਾ ਹੀ ਆ, ਸਾਂਝਾ ਹੀ ਹੈ, ਪਰ ਕਦੇ ਕਦੇ ਇਹ ਵੀ ਹੁੰਦਾ ਕਿ ਮੈਨੇਜਮੈਂਟ ਬਹੁਤੀਆਂ ਚੀਜ਼ਾਂ ਪਿਛਲੇ ਲੰਬੇ ਸਮੇਂ ਤੋਂ ਪੱਲਿਓਂ ਪਾ ਕੇ ਕਰੀ ਜਾਂਦੀ ਹੈ, ਜੇ ਕਿਤੇ ਥੋੜਾ ਬਹੁਤ ਭਾਰ ਹਲਕਾ ਹੋ ਜਾਏਗਾ ਤੇ ਸਾਨੂੰ ਵੀ ਐਂ ਲੱਗੇਗਾ ਕਿ ਭਾਈ ਉਦਮ ਜਿਹੜੇ ਉਹਨਾਂ ਨੇ ਕੀਤੇ ਆ ਤੇ ਅਸੀਂ ਮਾੜੇ ਮੋਟੇ ਉਹਨਾਂ ਦੇ ਨਾਲ ਰਾਹਗੀਰ ਬਣੇ ਹੋਏ ਆ, ਉਹ ਸਫਲ ਹੋ ਗਏ ਆ। ਇੱਕ ਸਰੋਤੇ ਨੇ ਜੀ ਸਾਡੇ ਨਾਲ, ਅਸੀਂ ਉਹਨਾਂ ਨੂੰ ਵੀ ਇਸ ਕਾਫਲੇ ਦੇ ਵਿੱਚ ਸ਼ਾਮਲ ਕਰਦੇ ਹਾਂ। ਹਾਂਜੀ ਸਵਾਗਤ। ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ। ਵਟਸਐਪ ਤੁਸੀਂ ਵੀ ਸੁਣ ਲਓ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜਿਵੇਂ ਮਰਜੀ, ਜਿੱਧਰ ਮਰਜੀ ਭੇਜ ਦੋ ਜੀ, ਆਉਣੇ ਤਾਂ ਇੱਕ ਥਾਂ ਹੀ ਆ। ਜੇ ਤੁਹਾਨੂੰ ਕਾਰਡ ਨੰਬਰ ਭੇਜ ਦਿਆ ਮਤਲਬ ਆਫਲਾਈਨ ਤੇ ਉੱਥੇ ਤੁਸੀਂ ਕਰ ਲਓ ਕੰਮ। ਬਿਲਕੁਲ, ਤੁਸੀਂ ਇੱਕ ਮਿੰਟ ਬਾਅਦ ਦਿਓ ਜੀ ਸਾਨੂੰ, ਅਸੀਂ ਹੁਣੇ ਬ੍ਰੇਕ ਲੈ ਕੇ ਲੈ ਲੈਂਦੇ ਹਾਂ ਤੁਹਾਨੂੰ, ਤੁਸੀਂ ਕਾਰਡ ਕੱਢੋ ਜੇ ਚੋਂ। ਕੋਈ ਗੱਲ ਨੀ, ਮੈਨੂੰ ਨਾਮ ਦੱਸ ਦਿਓ, ਕਿਹਦੇ ਕਿਹਦੇ ਪਾਉਣੇ ਅਸੀਂ ਉਹਦੇ ਤੇ ਡਿਟੇਲ ਪਾ ਦਾਂਗੇ ਜੀ। ਠੀਕ ਹੈ, ਮੈਂ ਤੁਹਾਨੂੰ ਦੱਸ ਦਿੰਦਾ ਸਾਰਾ ਕੁਝ, ਮੈਂ ਦੁਬਾਰਾ ਕਰਦਾ ਕਾਲ। ਠੀਕ ਹੈ, ਓਕੇ ਜੀ, ਬਹੁਤ ਮਿਹਰਬਾਨੀ ਬਾਜਵਾ ਸਾਹਿਬ, ਇਸ ਕਾਲ ਅਗਰ ਆਫਲਾਈਨ ਕਰ ਦਿਆਂਗਾ ਮੈਂ। ਓਕੇ ਜੀ ਜੀ ਵਟਸਐਪ ਜੀ। ਬਿਲਕੁਲ ਸੁਖਨੈਬ ਜੀ, ਬਹੁਤ ਧੰਨਵਾਦ ਜਿਹੜਾ ਇਹਨਾਂ ਦਾ, ਤੇ ਉਮੀਦ ਕਰਦੇ ਹਾਂ ਜੀ ਸਾਰਾ ਕੁਝ ਠੀਕ ਠਾਕ ਚੱਲੇ, ਤੇ ਇਹ ਵੀ ਆਪਣੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਬੰਦਾ ਸਮਾਂ ਕੱਢ ਕੇ ਟੈਲੀਫੋਨ ਕਰਦਾ, ਨਹੀਂ ਤਾਂ ਇਹ ਮੇਰੇ ਜੀ ਆ ਭਰੀ। ਇੱਕ ਲਓ ਜੀ, ਇੱਕ ਹੋਰ ਸਰੋਤੇ ਸੱਜਣ ਆਏ ਨੇ, ਇਹ ਵੀ ਜਾਣਦੇ ਆ ਅਰਜੇਵਾ ਇਹਨਾਂ ਦਾ ਕਿੰਨਾ ਕੁ ਤੇ ਜੁੜੇ ਨੇ ਸਾਡੇ ਨਾਲ। ਸਵਾਗਤ ਜੀ। ਹਾਂਜੀ ਸਹੀ, ਸਤਿ ਸ੍ਰੀ ਅਕਾਲ ਸਿੱਖਾਂ ਵੀਰੇ, ਬਾਦ ਸਾਹਿਬ ਜੀ ਸਤਿ ਸ੍ਰੀ ਅਕਾਲ, ਮੈਂ ਬਲਜਿੰਦਰ ਭੱਟੀ ਬੋਲ ਰਿਹਾ ਜੀ। ਜੀ ਭੱਟੀ ਸਾਹਿਬ, ਦੋਹਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਤੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਤੇ ਮੈਂ ਤੈਨੂੰ ਮੈਸੇਜ ਇਹ ਕੀਤਾ ਸੀ ਤੇ ਮਾੜਾ ਜਿਹਾ ਆਫ ਏਅਰ ਕਰ ਲਓ ਚਾਹੇ ਤਾਂ, ਫਿਰ ਮੈਂ ਜੀ ਜੇ ਕਹਾਂ ਤਾਂ ਇੱਦਾਂ ਹੀ ਚੱਲੂਗਾ ਕੰਮ। ਨਹੀਂ ਨਹੀਂ ਨਹੀਂ, ਇੱਦਾਂ ਨੀ ਬਾਈ ਜੀ, ਸਿਕਿਉਰਿਟੀ ਤਾਂ ਸਿਕਿਉਰਿਟੀ ਆ ਨਾ, ਕਰਿਓ ਹੋਲਡ ਅਸੀਂ ਆਪਣੇ ਵੀਰਾਂ ਤੇ ਤਾਂ ਵਿਸ਼ਵਾਸ ਹੈਗਾ ਨਾ। ਨਹੀਂ ਪਰ ਫਿਰ ਵੀ ਕਈ ਵਾਰੀ ਹੁੰਦਾ ਜੀ, ਕੋਈ ਦੁਸ਼ਮਣ ਵੀ ਸੁਣੀ ਜਾਂਦਾ ਕੋਈ। ਹੋਲਡ ਕਰਿਓ ਇੱਕ ਮਿੰਟ, ਇੱਕ ਬ੍ਰੇਕ ਲੈ ਲਈਏ ਸੱਜਣੋ, ਤੇ ਇਧਰੋਂ ਪੈਸੇ ਲੈ ਲਈਏ। ਹਾਂਜੀ ਬੋਲਿਓ। ਹੋਰ ਨਾਮ ਤੇ ਬਲਵਿੰਦਰ ਸਿੰਘ, ਕੁਛ ਹੋਰ ਲਿਖਿਆ ਸਿੰਘ ਕੱਟੀ ਕੋਈ ਹੈ। ਓਕੇ ਓਕੇ ਜੀ, ਠੀਕ ਹੈ ਬਾਈ ਜੀ, ਥੈਂਕ ਯੂ, ਚੱਕ ਲੈਂਦੇ ਹਾਂ, ਥੈਂਕ ਯੂ, ਥੈਂਕ ਯੂ ਜੀ।
ਲਓ ਜੀ, ਬਾਟ ਸਾਹਿਬ ਆਪਾਂ ਗੱਲਬਾਤ ਨੂੰ ਅੱਗੇ ਤੋਰ ਰਹੇ ਸੀ ਤੇ ਬਲਜਿੰਦਰ ਪੱਟੀ ਹੋਰਾਂ ਨੇ ਵੀ ਆਪਾਂ ਨੂੰ ਸਹਿਯੋਗ ਭੇਜਿਆ, ਹੋਰ ਵੀ ਕੁਛ ਸੱਜਣਾ ਜਿਹੜੇ ਉਹ ਲਗਾਤਾਰ ਸਹਿਯੋਗ ਭੇਜ ਰਹੇ ਆ। ਇਧਰੋਂ ਸੁਖਜੀਤ ਸਿੰਘ ਦਿਓਲ ਸਪੇਨ ਤੋਂ, ਇਨ੍ਹਾਂ ਨੇ ਵੀ ਆਪਾਂ ਨੂੰ ਸਹਿਯੋਗ ਦਿੱਤਾ। ਔਰ ਅਗਲੀ ਗੱਲ ਅਸੀਂ ਕਰੀਏ ਜੀ ਖਬਰਾਂ ਸਾਰਾਂ ਦੀ, ਕੋਈ ਸਰੋਤਾ ਜੁੜਨਾ ਚਾਹੁੰਦਾ ਤਾਂ ਹੁਣ ਜੁੜ ਜਾਓ ਜੀ, ਵਟਸਐਪ ਦੇ ਜ਼ਰੀਏ ਵੀ ਆਪਾਂ ਗੱਲਬਾਤ ਅੱਗੇ ਵਧਾਉਣੀ ਆ। ਤੇ ਇਤਿਹਾਸ ਦੇ ਵਾਸਤੇ ਇੱਕ ਕਮੇਟੀ ਬਣ ਗਈ ਹੈ ਜੀ, ਉਹ ਸਫਾਈਆਂ ਦੇਈ ਜਾਂਦੀ ਹੈ, ਸਫਾਈਆਂ ਕਰੀ ਜਾਂਦੀ ਹੈ ਵਟਸਐਪ, ਹੁਣ ਤਾਂ ਦੀਵਾਲੀ ਆ, ਸਫਾਈਆਂ ਕਰਨ ਤੇ ਲੋਕ ਜ਼ਿਆਦਾ ਲੱਗੇ ਹੁੰਦੇ ਆ। ਸੁਖਨਾਥ ਜੀ, ਇਸ ਮੁੱਦੇ ਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਧਰਨਾ ਲਾਤਾ ਨਾ ਕਿ ਕਾਂਗਰਸ ਪਾਰਟੀ ਵਾਲੇ ਜਾਣ ਬੁੱਝ ਕੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਆ। ਉਸ ਕਿਤਾਬ ਨੂੰ ਬਣਾਉਣ ਵਾਲੀ, ਉਸ ਕਿਤਾਬ ਨੂੰ ਲਿਖਣ ਵਾਲੀ ਜਾਂ ਸੰਪਾਦਿਤ ਕਰਨ ਵਾਲੀ ਜਿਹੜੀ ਕਮੇਟੀ ਹੈ ਉਹਦੇ ਮੁਖੀ ਸੀ ਹਿਸਟੋਰੀਅਨ ਕਿਰਪਾਲ ਸਿੰਘ ਹੋਰੀ, ਬੜੇ ਬਜ਼ੁਰਗ ਬੰਦੇ ਨੇ। ਅੱਜ ਉਹ 6 ਦੇ 6 ਮੈਂਬਰ ਜਿਹੜੇ ਕਮੇਟੀ ਦੇ ਵਿੱਚ ਸੀ ਉਹਨਾਂ ਨੇ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਕਿ ਦੇਖੋ ਕੁਝ ਵੀ ਜਾਣ ਬੁੱਝ ਕੇ ਨਹੀਂ ਕੀਤਾ, ਅਸੀਂ ਲਗਾਤਾਰ ਕਹਿੰਦੇ ਕੰਮ ਕਰ ਰਹੇ ਹਾਂ, ਜੇ ਕਿਸੇ ਨੂੰ ਕੋਈ ਵੀ ਇਤਰਾਜ਼ ਹੈ ਤਾਂ ਅਸੀਂ ਕਿਤਾਬ ਛਾਪੀ ਨਹੀਂ, ਅਜੇ ਵੈਬਸਾਈਟ ਤੇ ਪਾਈ ਆ, ਅਸੀਂ ਉੱਥੇ ਉੱਥੇ ਸੋਧ ਕਰ ਦਿਆਂਗੇ ਇਤਿਹਾਸਕ ਹਵਾਲੇ ਵੇਖ ਕੇ ਕਿ ਸਾਡੀਆਂ ਕਹੀਆਂ ਹੋਈਆਂ ਜਾਂ ਲਿਖੀਆਂ ਹੋਈਆਂ ਜਾਂ ਸੰਪਾਦਿਤ ਕੀਤੀਆਂ ਗੱਲਾਂ ਜਿਹੜੀਆਂ ਉਹ ਕਿੱਥੇ ਗਲਤ ਨੇ। ਤੇ ਦੂਸਰਾ, ਕਿਰਪਾਲ ਸਿੰਘ ਹੋਰੀ ਕਹਿੰਦੇ ਕਿ ਮੈਨੂੰ ਅਕਾਲੀ ਦਲ ਤੇ ਹੈਰਾਨੀ ਬਹੁਤ ਹੋਈ ਆ, ਮੈਂ 20 ਸਾਲ ਉਹਨਾਂ ਨਾਲ ਕੰਮ ਜੀ ਜੀ, ਤੇ ਹੁਣ ਦੇਖਦੇ ਹਾਂ ਕਿ ਜਦੋਂ ਕਮੇਟੀ ਵਾਲਿਆਂ ਨੇ ਕਹਿ ਤਾ ਕਿ ਭਾਈ ਇਹਦੇ ਵਿੱਚ ਕੋਈ ਸਿਆਸੀ ਐਨਕ ਲਾ ਕੇ ਕੰਮ ਨਹੀਂ ਕੀਤਾ ਗਿਆ, ਤਾਂ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਸੰਘਰਸ਼ ਜਾਰੀ ਰੱਖਦਾ ਹੈ ਜਾਂ ਕਮੇਟੀ ਵੱਲੋਂ ਦਿੱਤੀ ਗਈ ਸਫਾਈ ਤੇ ਸੰਤੁਸ਼ਟ ਹੁੰਦਾ ਹੈ ਜੀ। ਬਹੁਤ ਧੰਨਵਾਦ ਵਟਸਐਪ, ਤੁਸੀਂ ਖਬਰਾਂ ਸਾਰਿਆਂ ਦੇ ਉੱਤੇ ਸਾਂਝ ਪਾ ਰਹੇ ਹੋ। ਖੇਡਾਂ ਦੀ ਗੱਲ ਵੀ ਕਰ ਲਈਏ ਥੋੜੀ ਜਿਹੀ, ਖੇਡਾਂ ਦੀ ਦੁਨੀਆ ਦੇ ਉੱਤੇ ਗੱਲ ਕਰਨੀ ਜਿਹੜੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਤਾਂ ਭਾਰਤ ਨੇ ਅੱਜ ਇੱਕ ਸੀਰੀਜ਼ ਜਿਹੜੀ ਜਿੱਤੀ ਹੈ ਕ੍ਰਿਕਟ ਦੇ ਵਿੱਚ, 5ਵਾਂ ਇੱਕ ਰੋਜ਼ਾ ਵਨਡੇ ਮੈਚ ਜਿਹੜਾ ਉਹ ਭਾਰਤ ਤੇ ਵੈਸਟ ਇੰਡੀਜ਼ ਦੇ ਦਰਮਿਆਨ ਸੀ, ਉਹਦੇ ਵਿੱਚ ਵੈਸਟ ਇੰਡੀਜ਼ ਦੀ ਟੀਮ ਜਿਹੜੀ ਹੈ ਸਿਰਫ ਤੇ 104 ਦੌੜਾਂ ਬਣਾ ਕੇ ਸਾਰੀਆਂ ਦੀਆਂ ਸਾਰੀਆਂ ਵਿਕਟਾਂ ਗੁਆ ਗਈ ਸੀ, ਤੇ 105 ਦੌੜਾਂ ਥੋੜੇ ਜਿਹੇ ਓਵਰਾਂ ਦੇ ਵਿੱਚ, 15 ਓਵਰਾਂ ਦੇ ਵਿੱਚ ਬਣਾ ਕੇ ਜਿਹੜੀ ਭਾਰਤੀ ਟੀਮ ਸਿਰਫ 1 ਵਿਕਟ ਗੁਆ ਕੇ ਜੇਤੂ ਰਹੀ ਹੈ, ਤੇ ਨਾਲ ਦੀ ਨਾਲ ਜਿਹੜੇ ਵਿਰਾਟ ਕੋਹਲੀ ਨੇ ਉਹਨਾਂ ਨੂੰ ਮੈਨ ਆਫ ਦੀ ਸੀਰੀਜ਼ ਮਿਲ ਗਿਆ, ਕਿਉਂਕਿ ਉਹਨਾਂ ਨੇ ਰਨ ਜਿਹੜੇ 450 ਤੋਂ ਉੱਪਰ ਬਣਾਏ। ਸੋ ਵੇਖਦੇ ਹਾਂ ਕਿ ਵਰਲਡ ਕੱਪ ਬੜੀ ਛੇਤੀ ਆ ਰਿਹਾ, ਉਧਰਲੇ ਪਾਸੇ ਭਾਰਤੀ ਟੀਮ ਦਾ ਜਿਹੜਾ ਪ੍ਰਦਰਸ਼ਨ ਕੀ ਹੁੰਦਾ। ਤੇ ਬਾਕੀ ਇਹ ਵੀ ਗੱਲ ਹੈ ਕਿ ਸੌਰਵ ਗਾਂਗਲੀ ਸਾਹਿਬ ਨੂੰ ਕੁਝ ਦਿੱਕਤਾਂ ਨੇ, ਕੁਝ ਇਤਰਾਜ਼ ਨੇ ਜਿਹੜੇ ਕਿ ਉਹਨਾਂ ਨੇ ਭਾਰਤੀ ਚੋਣ ਕਰਾਂ ਤੇ ਕੀਤੇ ਆ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵੀਰ ਸਿੰਘ ਬੋਲ ਰਿਹਾ ਦੁਬਈ ਤੋਂ। ਹਾਂਜੀ ਬਾਈ ਜੀ, ਕਿਵੇਂ ਹੋ? ਹਾਂਜੀ ਵਧੀਆ ਬਾਜੀ, ਸਤਿ ਸ਼੍ਰੀ ਅਕਾਲ ਬਾਰ ਸਾਹਿਬ ਨੂੰ ਵੀ ਤੇ ਆਪਣਾ। ਮੈਨੂੰ ਮਾੜਾ ਜਿਹਾ ਫਿਰ ਜੀ ਇਹ ਦੱਸਿਓ ਕਿ ਮਤਲਬ ਕਾਰਡ ਨੰਬਰ ਜਿਹੜਾ ਇੱਥੇ ਯੂਏਈ ਦਾ ਵੀ ਚੱਲ ਸਕਦਾ ਜਾਂ ਇੰਡੀਆ ਵਾਲਾ? ਕਾਰਡ ਕਿਤੋਂ ਦਾ ਵੀ ਹੋਵੇ ਜੀ, ਕੋਈ ਦਿੱਕਤ ਨਹੀਂ ਉਹਦੀ। ਤੁਹਾਡੇ ਕੋਲੇ ਕਿਹੜਾ ਕਾਰਡ ਹੈ, ਡੈਬਿਟ ਕਾਰਡ ਹੈ ਕ੍ਰੈਡਿਟ ਕਾਰਡ? ਹਾਂਜੀ ਭਾਜੀ, ਡੈਬਿਟ ਤੇ ਵੀਜ਼ਾ ਕਾਰਡ ਆ। ਬਸ ਉਹ ਚੱਲ ਜਾਣਾ ਜੀ, ਉਹਦੀ ਕੋਈ ਦਿੱਕਤ ਨਹੀਂ ਹੁੰਦੀ। ਤੇ ਮਾੜਾ ਜਿਹਾ ਫਿਰ ਆਫਲਾਈਨ ਹੋ ਜਾਓ ਭਾਜੀ। ਹਾਂਜੀ ਹਾਂਜੀ, ਹੁੰਦੇ ਆ, ਇਧਰੋਂ ਵਟਸਐਪ ਨੂੰ ਕਹਿਣਾ ਗਜ਼ਲ ਸੁਣਾ ਦੇਣਗੇ। ਵਟਸਐਪ ਇੱਕ ਮੈਂ ਨੰਬਰ ਨੋਟ ਕਰ ਲਾਂ ਜੀ, ਤੁਸੀਂ ਕੋਈ ਲਾਇਓ ਰੌਣਕ ਹੁੰਦੀ ਹੈ ਜੀ। ਵਟਸਐਪ ਜੀ, ਖੇਡਾਂ ਦੀ ਗੱਲ ਤੋਂ ਬਾਅਦ ਇੱਕ ਹੋਰ ਗੱਲ ਜਿਹੜੀ ਜਾਂਦਿਆਂ ਜਾਂਦਿਆਂ ਸਾਂਝੀ ਜ਼ਰੂਰ ਕਰਦੇ ਹਾਂ ਕਿ ਹੁਣ ਉਮੀਦ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਉਹ ਕੋਈ ਨਾ ਕੋਈ ਪਟਾਕਾ ਪੈਣ ਵਾਲਾ, ਕਿਉਂਕਿ ਪਤਾ ਲੱਗਿਆ ਕਿ ਲੋਕ ਜਿਹੜੇ ਵੱਖ ਵੱਖ ਪਾਰਟੀਆਂ ਦੇ ਵੱਡੇ ਲੀਡਰ ਨੇ ਆਉਣ ਵਾਲੀ ਲੋਕ ਸਭਾ ਚੋਣ ਦੀ ਆਮਦ ਨੂੰ ਸਾਹਮਣੇ ਰੱਖਦਿਆਂ ਆਪਣੀਆਂ ਪਾਰਟੀਆਂ ਜਿਹੜੀਆਂ ਬਦਲਣ ਜਾ ਰਹੇ ਆ, ਤੇ ਜੇ ਸੱਚੀ ਮੁੱਚੀ ਉਹ ਵੱਡਾ ਧਮਾਕਾ ਹੋ ਗਿਆ ਤਾਂ ਹੋ ਸਕਦਾ ਕਿ ਕਈ ਕਹਿੰਦੀਆਂ ਕਹਾਉਂਦੀਆਂ ਜਿਹੜੀਆਂ ਪਾਰਟੀਆਂ ਵੱਖ ਵੱਖ ਸੀਟਾਂ ਤੋਂ ਆਪਣੀ ਜਿੱਤ ਜਿਹੜੀ ਹੈ ਉਹ ਪੱਕੀ ਬਣਾ ਕੇ ਬੈਠੀਆਂ ਸੀ, ਉਹਨਾਂ ਪਾਰਟੀਆਂ ਨੂੰ ਸਿਆਸੀ ਤੌਰ ਦੇ ਉੱਤੇ ਬਹੁਤ ਵੱਡਾ ਝਟਕਾ ਜਿਹੜਾ ਹੈ ਉਹ ਪੰਜਾਬ ਸੂਬੇ ਦੇ ਵਿੱਚ ਸੁਖਨੈਬ ਜੀ ਲੱਗ ਵੀ ਸਕਦਾ ਹੈ ਜੀ। ਬਹੁਤ ਮਿਹਰਬਾਨੀ ਵਟਸਐਪ, ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਵਾਸਤੇ, ਕੱਲ ਫੇਰ ਆਪਾਂ ਸਾਂਝ ਪਾਉਣੇ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸੁਖਨੈਬ ਜੀ। ਰੇਡੀਓ ਚੰਪਰ ਦੇ ਸੀਗੇ ਸਰੋਤਿਆਂ ਨੂੰ ਸ਼ੁਭੇਸ਼ਾਵਾਂ ਜੀ।